ਸ਼ਮਾਦਾਨ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਰੇਡੀਓ ਪੰਜਾਬ ਟੂਡੇ ਦੇ ਚਰਚਿਤ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਕੁਝ ਵਿਪਾਰਕ ਸੁਨੇਹੇ ਸੀਨੀਅਰ ਟੋਨੀ ਐਮੀ ਗੈਲ ਉਹਨਾਂ ਦੀ ਅਮਰੀਕਾ ਦੀ 1987 ਤੋਂ ਲਾਫਰਮ ਗੈਲਨ ਗੈਲ ਅਸਾਈਲਮ ਕੇਸਾਂ ਦੀ ਪੈਰਵੀ ਕਰਦੀ ਆ ਰਹੀ ਹੈ ਇਹਨਾਂ ਦੀ ਯਤਨਾ ਸਦਕਾ ਹਜ਼ਾਰਾਂ ਸਿੱਖ ਅਸਾਈਲਮ ਕੇਸਾਂ ਦੇ ਨਾਲ ਅਮਰੀਕੀ ਨਾਗਰਿਕ ਬਣ ਚੁੱਕੇ ਨੇ ਪੰਜਾਬੀ ਹਿੰਦੀ ਤੇ ਉਰਦੂ ਚ ਤੁਸੀਂ ਗੱਲਨ ਗੱਲ ਲਾ ਫਰਮ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਦੇ ਨਾਲ ਜਿਨ੍ਹਾਂ ਨੂੰ 25 ਸਾਲ ਦਾ ਤਜਰਬਾ ਹੈ ਇਹਨਾਂ ਦਾ ਨੰਬਰ ਹੈ ਜੀ 718 612 1188 718612 1118 ਤੇ ਗੱਲਨ ਗੱਲ ਲਾ ਫਰਮ ਦਾ ਨਿਊਯਾਰਕ ਦੇ ਆਫਿਸ ਦਾ ਨੰਬਰ ਹੈ ਜੀ 212 619 2859 212 619 2859 ਤੁਸੀਂ ਵਧੀਆ ਨਵਾਂ ਕਾਰਜ ਜਾਂ ਬਿਜ਼ਨਸ ਬਣਾਉਣਾ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਔਰ ਅੰਦੇ ਨਾਲ 2069415454 ਤੇ 2069415454 ਬੁੱਕ ਕੀਪਿੰਗ ਪਰਸਨਲ ਟੈਕਸਸ ਪੇਰੋਲ ਐਂਡ ਪੇਰੋਲ ਟੈਕਸਸ ਸਟੇਟ ਟੈਕਸਸ ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਕੋਈ ਤਸਲੀਬ ਅਕਸ਼ਦਾਰਾ ਐਕਿਊਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ 253528886 ਦੇ ਸੰਪਰਕ ਕਰ ਸਕਦੇ ਹੋ 253520886 ਇਹਨਾਂ ਦਾ ਪਤਾ 24915 104 ਰੇਵਨਿਊ ਸਾਊਥ-ਈਸਟ ਕੈਂਟ ਵਾਸ਼ਿੰਗਟਨ ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ ਟੀਏ ਮੰਡੇਰਾ ਦਾ ਰੀਫਰੈਸ਼ ਟ੍ਰੈਵਲ ਪਲਾਜ਼ਾ ਫਿਊਲ ਕਾਰ ਨਾ ਹੋਣ ਤੇ ਵੀ ਟਰੱਕਰਜ਼ ਲਈ ਵੱਡੀ ਰਿਬੇਟ ਇਸ ਤੋਂ ਇਲਾਵਾ ਦੇਸੀ ਘਿਓ ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ ਤੇ ਖਾ ਸਕਦੇ ਹੋ ਇੱਥੇ ਪੀਜ਼ਾ ਹਟ KFC ਫੈਟ 버ਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਜਾ ਕੇ ਵੀ ਆਨੰਦ ਮਾਣ ਸਕਦੇ ਹੋ ਬਤੇ ਰਿਜਨਕਾਰੀ ਲਈ ਸੰਪਰਕ ਕਰੋ ਰਵੀ ਘਰੇਵਾਲ ਜਾਂ ਸਚਿਨ ਮਲਿਕ ਨੂੰ 5599034627 ਤੇ 5589034627 ਲੋਕੇਸ਼ਨ ਹੈ ਜੀ ਹਾਈਵੇ 99 ਐਗਜ਼ਿਟ 144 ਐਵੇਨਿਊ 7 시애ਟਲ ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਆਨਰ ਆਪਰੇਟਰ ਦੇ ਡਰਾਈਵਰ ਦੀ ਲੋੜ ਹੈ ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਇੱਕ ਵਾਰ ਸੰਪਰਕ ਕਰੋ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 ਤੇ 206354 4060 ਜਾਂ ਫਿਰ ਜਗਦੇਵ ਸੰਧੂ ਹੋਰਾਂ ਦੇ ਨਾਲ 2532666924 2532686924 ਦੋਸਤੋ ਪ੍ਰੋਗਰਾਮ ਚੱਲ ਰਿਹਾ ਸ਼ਮਾਦਾਨ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ ਕੀ ਭਾਰਤ 'ਚ ਜਿਹੜੀ ਬਿਜਲੀ ਮਹਿੰਗੀ ਹੋਈ ਹੈ ਰਾਹੁਲ ਗਾਂਧੀ ਨੇ ਪੈੜ ਨਪਲੀ ਹੈ ਇਹ ਘਪਲੇ ਕਰਕੇ ਹੋਈ ਹੈ ਕੀ ਹੈ ਪੂਰੀ ਕਹਾਣੀ ਕੀ ਹੈ ਜੀ ਬਿਲਕੁਲ ਜੀ ਕਪਲਾ چھوٹਾ ਮੋਟਾ ਨਹੀਂ ਬਹੁਤ ਵੱਟਾ ਕਪਲਾ ਹੈ। ਔਰ ਇੱਕ ਕਪਲਾ ਜਿਹੜਾ ਹੈਗਾ ਰਾਹੁਲ ਗਾਂਧੀ ਦੇ ਹੱਥ ਤਾਂ ਲੱਗਿਆ। ਕਿਉਂਕਿ ਇੰਗਲੈਂਡ ਦਾ ਇੱਕ ਅਖਬਾਰ ਹੈ। ਜੀ। ਜੀ ਦਾ ਨਾਮ ਹੈ ਫਾਈਨੈਂਸ਼ੀਅਲ ਟਾਈਮਜ਼। ਜੀ। ਫਾਈਨੈਂਸ਼ੀਅਲ ਟਾਈਮਜ਼ ਨੇ ਇੱਕ ਇਨਵੈਸਟੀਗੇਟਿੰਗ ਰਿਪੋਰਟ ਜਿਹੜੀ ਉਪਰਕਾਸ਼ਤ ਕੀਤੀ ਹੈ। ਜੀ। ਤੇ ਉਹਦੇ ਜਿਹੜੇ ਮੁੱਢਲੇ ਲੱਛਣਾਏ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਰਤ ਦੇ ਵਿੱਚ ਬਿਜਲੀ ਜਿਹੜੀ ਹੈਗੀ ਆ ਉਹ ਮਹਿੰਗੀ ਹੈ। ਉਹਦਾ ਕਾਰਨਿਕ ਸਕੈਂਡਲ ਹੈ ਜੀ ਸਕੈਂਡਲ ਕੀ ਹੈ ਸਕੈਂਡਲ ਇਹ ਹੈ ਕਿ ਭਾਰਤ ਦੇ ਵਿੱਚ ਜਿਹੜੀ ਚੀਜ਼ 3000 ਰੁਪਏ ਨੂੰ ਮਿਲਦੀ ਹੈ ਉਹੀ ਚੀਜ਼ ਜਿਹੜੀ ਭਾਰਤ ਦੇ ਵਿੱਚ ਹੀ ਪੈਦਾ ਹੁੰਦੀ ਹੈ ਧਰ ਕਿਉਂਕਿ ਕੋਲਾ ਜਿਹੜਾ ਧਰਤੀ ਚੋਂ ਪੈਦਾ ਹੁੰਦਾ ਹੈ ਕੋਲਾ ਕੋਈ ਇਹ ਨਹੀਂ ਆਪਾਂ కెਮਿਕਲ ਦੇ ਨਾਲ ਬਣਾ ਲਾਂਗੇ ਜਾਂ ਕਿਸੇ ਕਿਸਮ ਦਾ ਕੋਈ ਪ੍ਰਯੋਗਸ਼ਾਲਾ ਚ ਪਾ ਕੇ ਕਰ ਲਾਂਗੇ ਇਹ ਤਾਂ ਪਤਾ ਨਹੀਂ ਹਜ਼ਾਰਾਂ ਸਾਲਾਂ ਤੋਂ ਜਿਹੜੇ ਆਪਣੇ ਤੁਹਾਡੇ ਦਰਖਤ ਵਗੈਰਾ ਕਿੱਥੇ ਕਿੱਥੇ ਡਿੱਗੇ ਪਏ ਆ ਪੱਥਰਾ ਵਾਲੇ ਮਾਮਲੇ ਦੇ ਵਿੱਚ ਵੀ ਉਤਰੋ ਵੀ ਦੇਖੀ ਆਪਾਂ ਤਾਂ ਇਹ ਇਸ ਤਰ੍ਹਾਂ ਨਾਲ ਬਤਲ ਕੋਲਾ ਬਣਦਾ ਹੈ ਜੀ ਔਰ ਭਾਰਤ ਦੇ ਵਿੱਚ ਕੋਲਾ ਸਫੀਸ਼ੀਐਂਟ ਹੈ ਜੀ ਬਹੁਤ ਕੋਲਾ ਹੈ ਕੋਲੇ ਦੀ ਕੋਈ ਸਮੱਸਿਆ ਨਹੀਂ ਇਹਦੇ باوجود ਭਾਰਤ ਦੇ ਵਿੱਚ ਕੋਲਾ ਵਿਦੇਸ਼ਾਂ ਚੋਂ ਆ ਰਿਹਾ ਜੀ ਕਈ ਸਾਰੇ ਦੇਸ਼ਾਂ ਚੋਂ ਆਉਂਦਾ ਹੋਣਾ ਹੈ ਲੇਕਿਨ ਇੱਕ ਦੇਸ਼ ਦੀ ਚਰਚਾ ਬਹੁਤ ਜ਼ਿਆਦਾ ਹੋਈ ਸੀ ਜੀ ਦੀ ਜਾਣਕਾਰੀ ਮੈਨੂੰ ਵੀ ਹੈਗੀ ਹੈ ਤੇ ਸਾਡੇ ਸਾਰੇ ਜਿਹੜੇ ਹੈਗੇ ਆ ਸਰੋਤਿਆਂ ਨੂੰ ਵੀ ਹੋਊਗੀ ਜੀ ਉਹ ਇਹ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਿਹੜੇ ਇਨਾ ਦੇ ਬਾਰੇ ਇਹ ਸੁਰੂਤੋ ਚੱਲਦਾ ਹੈ ਕਿ ਇਹ ਗੌਤਮ ਅਡਾਨੀ ਦੇ ਬਹੁਤ ਕਰੀਬੀ ਹੈ ਜੀ ਜਦੋਂ ਨਰਿੰਦਰ ਮੋਦੀ ਸਾਹਿਬ ਆਪਣੇ ਸੂਬੇ ਦੇ ਮੁੱਖ ਮੰਤਰੀ ਹੁੰਦੇ ਸੀ ਤੇ 2002 ਦੇ ਵਿੱਚ ਗੋਧਰਾ ਕਾਂਡ ਹੁੰਦਾ ਤੇ ਉਸੇ ਵੇਲੇ ਫਿਰ ਮੁਸਲਮਾਨਾਂ ਦੇ ਉੱਤੇ ਕਹਿਰ ਉੱਠਦਾ ਜੀ ਉਸ ਵੇਲੇ ਹਾਲਾਤ ਗੁਜਰਾਤ ਦੇ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਉਹ ਹਾਲਾਤ ਸੰਨਤ ਦੇ ਲਈ ਜਾ ਆਰਥਿਕ ਤੌਰ ਦੇ ਲਈ ਬੜੇ ਘਾਤਕ ਸਾਬਤ ਹੋ ਸਕਦੇ ਸੀ ਜੀ ਅਕਸਰੀ ਹੁੰਦਾ ਹੈ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਗੜਬੜ ਹੁੰਦੀ ਹੈ ਉਦੋਂ ਇਹ ਹੁੰਦਾ ਹੈ ਅੱਜ ਕੁਮੰਤਰੀ ਪੱਧਰ ਤੇ ਆਪਾਂ ਦੇਖੀਏ ਕਹਿੰਦੇ ਜੀ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲਦਾ ਨਵੇਂ ਬੱਚੇ ਜਿਹੜੇ ਜਾਂਦੇ ਆ ਪੜਨ ਵਾਸਤੇ ਜਿੰਨਾ ਕੁ ਉਹਨਾਂ ਨੂੰ ਟਾਈਮ ਅਲਾਉ ਹੈ ਕਿ ਉਹ ਨਿੱਕ ਟਾਈਮ ਦੇ ਵਿੱਚ ਆਪਣੀ ਕੋਈ ਮਾੜਾ ਮੋਟਾ 4 ਪੈਸੇ ਕਮਾ ਸਕਦੇ ਆ ਪਰ ਉਹਨਾਂ ਨੂੰ ਕੰਮ ਨਹੀਂ ਮਿਲਦਾ ਜੀ ਕੰਮ ਮਿਲਦਾ ਕਿਉਂ ਨਹੀਂ ਇਸ ਕਰਕੇ ਨਹੀਂ ਮਿਲਦਾ ਕਿਉਂਕਿ ਇੱਕ ਬਹੁਤ ਭਿਆਨਕ ਜੰਗ ਜਿਹੜੀ ਹੈ ਚੱਲ ਰਹੀ ਹੈ ਜੀ ਰੂਸ ਦੀ ਤੇ ਯੂਕਰੇਨ ਦੀ ਜੀ ਹੁਣ ਉਹਦੇ ਚੋ ਇਹ ਕਿ ਜਦੋਂ ਜੰਗ ਲੱਗ ਜਾਂਦੀ ਹੈ ਤੇ ਫਿਰ ਕੁਝ ਤਾਂ ਪਾਬੰਦੀਆਂ ਰੂਸ ਦੇ ਉੱਤੇ ਲਾਤੀਆਂ ਵਿਕਸਤ ਦੇਸ਼ਾਂ ਨੇ ਨਾਟੋ ਵਾਲਿਆਂ ਨੇ ਜੀ ਤੇ ਕੁਝ ਜਿਹੜਾ ਰੂਸ ਨੇ ਆਪਣੇ ਪੱਧਰ ਦੇ ਉੱਤੇ ਕੰਮ ਜਿਹੜਾ ਹੈਗਾ ਸਪਲਾਈ ਰੋਕ ਦਿੱਤੀ ਹੈ ਜੀ ਤੇਲ ਤੇ ਗੈਸ ਜਿਹੜਾ ਯੂਰਪੀਅਨ ਦੇਸ਼ਾਂ ਦੇ ਵਿੱਚ ਜਾਣਾ ਸੀ ਪੱਛਮੀ ਦੇਸ਼ਾਂ ਦੇ ਵਿੱਚ ਜਾਣਾ ਸੀ ਉਹ ਰੁਕ ਗਿਆ ਜੀ ਉਹਦੇ ਨਾਲ ਜਿਹੜੀ ਹੈਗੀ ਹੈ ਇੱਕਦਮ ਜਿਹੜੀ ਹੈਗੀ ਹੈ ਆਰਥਿਕ ਤਰਾਮਡੋਲ ਹੋਗੀ ਮਹਿੰਗਾਈ ਵਧਣੀ ਸ਼ੁਰੂ ਹੋਗੀ ਲੋਕਾਂ ਨੂੰ ਕੰਮ ਮਿਲਦਾ ਨਹੀਂ ਕੰਮ ਜਿਹੜੇ ਛੁੱਟਨੇ ਸ਼ੁਰੂ ਹੋਗੇ ਕਿਉਂਕਿ ਜੇ ਇੰਦਰੀ ਨਾ ਮਿਲੂ ਤੇ ਇੰਦਨ ਤੋਂ ਵਗਰ ਕੰਮ ਕਿਵੇਂ ਚੱਲੇਗਾ ਟੋਆ ਟੋਈ ਤੇ ਸਾਰੀ ਵਗੜ ਟੋਆ ਟੋਈ ਤੇ ਜਿਆਦਾ ਕੰਮ ਆਪ ਦੇਖੀ ਤਾਂ ਉਥੇ ਟੋਆ ਟੋਈ ਤੇ ਖਾਸ ਕਰਕੇ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਤਾਂ ਟੋਆ ਟੋਈ ਤੇ ਤੇ ਖੇਤੀਬਾੜੀ ਤੇ ਨਿਰਭਰ ਹੈ ਜੀ ਖੇਤੀਬਾੜੀ ਚ ਵੀ ਇੰਦਨ ਚਾਹੀਦਾ ਤੇ ਇੰਦਨ ਚਾਹੀਦਾ ਤੁਹਾਡਾ ਟੋਆ ਟੋਈ ਚ ਵੀ ਬਿਲਕੁਲ ਸੋ ਦੀ وجہ ਕਰਨ ਉਥੇ ਕਾਫੀ ਜੜੀ ਹੈਗੀ ਹੈ ਆ ਆਰਥਿਕਤਾ ਦੀ ਹਾਲਤ ਮਾੜੀ ਹੈ ਜੀ ਹੁਣ ਜੇ ਇਹੀ ਚੀਜ਼ ਆਪਾਂ ਦੇਖੀਏ ਤੇ ਭਾਰਤ ਦੇ ਵਿੱਚ ਵੀ ਉਸ ਵੇਲੇ ਜਦੋਂ ਗੋਧਰਾ ਵਾਲਾ ਕਾਂਡ ਹੋਇਆ ਤੇ ਮੁਸਲਮਾਨਾਂ ਦੇ ਉੱਤੇ ਕਹਿਰ ਵਰਤਾਇਆ ਗਿਆ ਜੀ ਉਦੋਂ ਉੱਥੇ ਦੀ ਸਥਿਤੀ ਵੀ ਵਿਗੜ ਗਈ ਸੀ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਅਟਲ ਬਿਹਾਰੀ ਬਾਜਪਾਈ ਜੀ ਤਾਂ ਅਟਲ ਬਿਹਾਰੀ ਬਾਜਪਾਈ ਹੋਰਾਂ ਨੇ ਇੱਕ ਬਿਆਨ ਦਿੱਤਾ ਸੀ ਜਿਸ ਬਿਆਨ ਦੀ ਬੜੀ ਚਰਚਾ ਹੁੰਦੀ ਸੀ ਉਹਨਾਂ ਨੇ ਨਰਿੰਦਰ ਮੋਦੀ ਸਾਹਿਬ ਨੂੰ ਡਰੈਸ ਹੋ ਕੇ ਕਹਿ ਸੀ ਕਿ ਸ਼੍ਰੀਮਾਨ ਜੀ ਅਰਾਜ ਧਰਮ ਨਿਵਾਉਣਾ ਸਿੱਖੋ ਜੀ ਤੁਹਾਨੂੰ ਲੋਕਾਂ ਨੇ ਰਾਜ ਤੇ ਭਾਇਆ ਤੇ ਰਾਜ ਦਾ ਵੀ ਇੱਕ ਧਰਮ ਹੁੰਦਾ ਹੈ ਜੀ ਇਹ ਜਿਹੜਾ ਰਾਜਾ ਹੈ ਜਿਹੜਾ ਸੱਤਾ ਦੇ ਸਿਖਰ ਤੇ ਬੈਠਾ ਉਹਦੇ ਹਾਸਤੇ ਪਰਜਾ ਇੱਕੋ ਜੀ ਹੁੰਦੀ ਹੈ ਜੀ ਉਹ ਟੋਟਲ ਪਰਜਾ ਜਿਹੜਾ ਹੈਗਾ ਪ੍ਰਤੀਨਿਧ ਹੁੰਦਾ ਕਿਸੇ ਇੱਕ ਗਰੁੱਪ ਦਾ ਇੱਕ ਤਰੇ ਦਾ ਇੱਕ ਭਾਈਚਾਰੇ ਦਾ ਨਹੀਂ ਔਰ ਉਹਨਾਂ ਨੇ ਇਥੋਂ ਤੱਕ ਕਹਿ ਦਿੱਤੀ ਸੀ ਕਿ ਜੇ ਮੈਂ ਬਾਹਰ ਜਾਊਂਗਾ ਜਿਹੜਾ ਕਿ ਉਹਨਾਂ ਨੇ ਜਾਣਿਆ ਨਹੀਂ ਸੀ ਜੀ ਜਦੋਂ ਮੈਂ ਬਾਹਰ ਜਾਊਂਗਾ ਤੇ ਬਾਹਰਲੇ ਮੁਲਕਾਂ ਦੇ ਵਿੱਚ ਮੈਂ ਆਪਣਾ ਮੂੰਹ ਕੀ ਦਿਖਾਊਂਗਾ ਜੀ ਦਲਵੀਰ ਜੀ ਬੜੀ ਇੰਟਰਸਟਿੰਗ ਗੱਲ ਹੈ ਅੱਜ ਸਾਡੇ ਪ੍ਰਧਾਨ ਮੰਤਰੀ ਸਭ ਵਿਦੇਸ਼ਾਂ ਚ ਜਾਂਦੇ ਆ ਬੜੀ ਤੇਜ਼ੀ ਨਾਲ ਜੀ ਲੇਕਿਨ ਉਸ ਵੇਲੇ ਵਿਕਸਤ ਦੇਸ਼ਾਂ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਡਿਪਲੋਮੈਟਿਕ ਦੌਰਿਆਂ ਦੀ ਇਜਾਜ਼ਤ ਨਹੀਂ ਦਿੱਤੀ ਸੀ ਪਾਬੰਦੀ ਲਾਤੀ ਸੀ ਜੀ ਕਿ ਵਿਦੇਸ਼ਾਂ ਚ ਨਹੀਂ ਜਾਣਗੇ ਹੁਣ ਪ੍ਰੋਟੋਕੋਲ ਡਿਮਾਂਡ ਕਰਦਾ ਜਦੋਂ ਉਹਦਾ ਪ੍ਰਾਈਮ ਮਿਨਿਸਟਰ ਬਣ ਜੇ ਫਿਰ ਉਹ ਲਾਈਨ ਦੇਣ ਹੁੰਦੇ ਆ ਜੀ ਆਪਸੀ ਇੱਕ ਡਿਪਲੋਮੈਟਿਕ ਸਬੰਧ ਹੁੰਦੇ ਆ ਤੇ ਉਹਦਾ ਕਰਕੇ ਉਹ ਉਹਨਾਂ ਨੂੰ ਹੁਣ ਖੋਲ੍ਹ ਐ ਪਰ ਉਦੋਂ ਇਹ ਰੁਕ ਗਈ ਸੀ ਜੀ ਇਹ ਜਿਹੜੀ ਹੁਣ ਜੇ ਆਪਾਂ ਦੇਖੀਏ ਇਹ 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 ਰੁਕ ਗਿਆ ਤੇ ਇਹ ਜਿਹੜਾ ਮਾਮਲਾ ਇੱਕ ਗੁਜਰਾਤ ਲਈ ਯਾ ਅਦ ਅਦਾਨੀ ਸਾਹਿਬ ਨੇ ਕਿਹੋ ਜਿਹਾ ਸੀ ਜੀ ਉਦੋਂ ਫਿਰ ਕਹਿੰਦੇ ਅੱ비 ਜਿਹੜੇ ਗੁਜਰਾਤ ਦੇ ਵਪਾਰੀ ਸੀ ਕਾਰੋਬਾਰੀ ਸੀ ਉਹ ਇਕੱਠੇ ਹੋਏ ਉਹਨਾਂ ਨੇ ਇੱਕ ਮੀਟਿੰਗ ਕੀਤੀ ਤੇ ਉਹਨਾਂ ਨੇ ਮੀਟਿੰਗ ਕਰਕੇ ਕਿਹਾ ਵੀ ਆਪਾਂ ਇੱਕ ਰੈਗੂਲੇਸ਼ਨ ਪਾਸ ਕਰੀਏ ਜਿਹਦੇ ਰਾਹੀਂ ਆਪਾਂ ਇਹ ਕਹੀਏ ਕਿ ਜੋ ਕੁਝ ਹੋਇਆ ਮਾੜਾ ਹੋਇਆ ਔਰ ਸਰਕਾਰ ਇਹਨੂੰ ਕਾਬੂ ਕਰੇ ਸਰਕਾਰ ਨੇ ਜਿਹੜੀ ਅੰਗੈਲੀ ਦਿਖਾਈ ਉਹ ਮਾੜੀ ਹੈ ਜੀ ਜਦੋਂ ਮਤਾਂ ਸਰਵਸੰਮਤੀ ਨਾਲ ਪਾਸ ਹੋਣ ਵਾਲਾ ਸੀ ਤੇ ਉਸ ਮੀਟਿੰਗ ਦੇ ਵਿੱਚ ਇੱਕ ਬੰਦਾ ਉੱਠ ਕੇ ਖੜਾ ਹੋ ਗਿਆ ਕਹਿੰਦਾ ਮੈਂ ਨਹੀਂ ਤੁਹਾਡੇ ਨਾਲ ਸਹਿਮਤ ਤੇ ਉਹ ਮੀਟਿੰਗ ਦਾ ਬਾਈਕਟ ਕਰ ਗਿਆ ਸੀ ਜੀ ਉਹਦਾ ਨਾਮ ਗੌਤਮਾ ਡਾਡੀ ਸੀ ਜੀ ਬਾਕੀ ਇਹਨੇ ਰੈਗੂਲੇਸ਼ਨ ਪਾਸ ਕਰਤਾ ਗੌਤਮਾ ਡਾਣੀ ਬਾਹਰ ਆ ਗਿਆ ਬਾਹਰ ਆਉਣ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਉਹਨਾਂ ਨੇ ਕਿਹਾ ਵੀ ਆ ਇੱਕੋ ਬੰਦਾ ਸਾਰੇ ਜਿਹੜੇ ਹੈਗੇ ਗੁਜਰਾਤ ਦੇ ਅੰਬਾਨੀ ਅੰਬੂਦੀ ਨੇ ਨਾਲ ਉਹ ਸਭ ਤੋਂ ਨੇੜਲਾ ਬੰਦਾ ਤਾਂ ਆਪਣੇ ਜਿਹਨੂੰ ਅੱਜ ਕੱਲ ਗੁਜਰਾਤ ਲੋਬੀ ਕਹਿੰਦੇ ਗੁਜਰਾਤ ਲੋਬੀ ਦਾ ਇੰਡਸਟਰੀਲਿਸਟ ਉਹ ਹੈ ਕਾਰਪੋਰੇਟਰ ਜੀ ਦੋਸਤੀ ਬਣ ਗਈ ਫਿਰ ਦੇਤ ਗਿਆ ਛਲਾਂ ਸਾਰੇ ਕਾਰੋਬਾਰ ਠੇਕੇ ਚਲੋ ਜੀ ਅਡਾਨੀ ਸਾਹਿਬ ਕੁਲੇ ਅਡਾਨੀ ਸਾਹਿਬ ਕੁਲੇ ਤੇ ਅਡਾਨੀ ਸਾਹਿਬ ਫਿਰ ਦੁਨੀਆ ਦੇ ਬਹੁਤ ਅਮੀਰ ਬੰਦਿਆਂ ਚ ਆ ਗਈ ਸੀ ਇਹ ਤਾਂ ਪਿੱਛੇ ਜੇ ਕੋ ਕਾਲਾ ਮਾਲਾ ਜਿਹਾ ਹੋ ਗਿਆ ਸੀ ਉਹਦਾ ਕਰਕੇ ਕਮ ਡਾਊਨ ਹੋ ਗਿਆ ਸੀ ਜੀ ਤੇ ਜਦੋਂ ਅਡਾਨੀ ਸਾਹਿਬ ਦੀ ਇੰਨੀ ਬੱਲੇ ਬੱਲੇ ਹੋਣ ਲੱਗ ਪਈ ਤੇ ਫਿਰ ਆ ਗਈ 2013 ਜੀ ਚੋਣਾਂ ਆ ਗਈਆਂ ਪ੍ਰਧਾਨ ਮੰਤਰੀ ਸਾਹਿਬ ਦਾ ਫੈਸਲਾ ਹੋ ਗਿਆ ਅੱਜ ਵਾਲਿਆਂ ਦਾ ਕਿ ਇਹ ਚਿਹਰਾ ਹੋਣਗੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਤੇ ਮੋਦੀ ਸਾਹਿਬ ਨੇ ਫਿਰ ਕੈਂਪੇਨ ਕਰਨੀ ਸੀ ਕੈਂਪੇਨ ਲਈ ਕਹਿੰਦੇ ਜਿਹੜਾ ਜਹਾਜ਼ ਇਸਤੇਮਾਲ ਕੀਤਾ ਗਿਆ ਮੈਂ ਇਹਦੀ ਪੁਸ਼ਟੀ ਵੀ ਕਰ ਸਕਦਾ ਕਿ ਸੱਚਮੁੱਚ ਇਹੀ ਗੱਲ ਹੈ ਪਰ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਜੀ ਕਹਿੰਦੇ ਉਹ ਅਡਾਨੀਆਂ ਦਾ ਜਹਾਜ਼ ਸੀ ਜੀ ਅਡਾਨੀ ਦੇ ਜਹਾਜ਼ ਦੇ ਵਿੱਚ ਬੈਠ ਕੇ ਉਹਨੇ ਸਾਰੀ ਕੈਂਪੇਨ ਕੀਤੀ ਤੇ ਐਨਡੀਏ ਬਹੁਤ ਇੰਤੀ ਚ ਆ ਗਿਆ ਤੇ ਸਰਕਾਰ ਬਣ ਗਈ ਉਹਨਾਂ ਦੀ ਜੀ ਸਰਕਾਰ ਬਣਨ ਤੋਂ ਬਾਅਦ ਹੁਣ ਤੁਸੀਂ ਮੇਰੇ ਤੇ ਕੋਈ ਆਸਾਨ ਕੀਤਾ ਹੋਵੇ ਮੈਂ ਵੈਸੇ ਇਸ ਪੱਖੋਂ ਤਾਂ ਕਹਿਣਾ ਵੀ ਨਰਿੰਦਰ ਮੋਦੀ ਸਾਹਿਬ ਕੈਂਟਾ ਬੰਦੇ ਜੀ ਨੇ ਤਾਂ ਬਹੁਤ سارے ਲੋਕ ਹੁੰਦੇ ਆ ਤੁਹਾਨੂੰ ਇਸਤੇਮਾਲ ਕਰ ਲੈਂਦੇ ਆ ਤੁਹਾਨੂੰ ਵਰਤ ਲੈਂਦੇ ਬਿਲਕੁਲ ਜੀ ਬਰਤਨ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਡਸਟਬਿਨ ਚ ਸੁੱਟ ਦਿੰਦੇ ਆ ਆਪਾਂ ਇਹ ਤਾਂ ਕੀ ਕਰਾਉਣੇ ਘਟੂ ਘਟ ਨਰਿੰਦਰ ਮੋਦੀ ਸਾਹਿਬ ਜਿਹੜਾ ਔਖੇ ਵੇਲੇ ਜੀ ਨੇ ਉਹਨਾਂ ਨਾਲ ਸਾਥ ਨਿਭਾਇਆ ਸੀ ਉਹਦਾ ਸਾਥ ਨਿਭਾਰੇ ਹੈ ਨਾ ਬਿਲਕੁਲ ਇਲਜ਼ਾਮ ਤਾਂ ਬੜੇ ਲੱਗਦੇ ਪਰ ਮੈਨੂੰ ਇਹ ਪਤਾ ਹੈ ਕਿ ਜਦੋਂ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਗਏ ਸੀ ਇੱਕ ਦੌਰੇ ਤੇ ਤੇ ਉਸ ਵੇਲੇ ਅਦਾਨੀ ਸਾਹਿਬ ਵੀ ਨਾਲ ਸੀ ਜੀ ਕਹਿੰਦੇ ਵੀ ਉਦੋਂ ਵੀ ਉੱਥੇ ਇੱਕ ਖਾਨ ਅਲਰਟ ਹੋਈ ਸੀ ਤੇ ਸ਼ਫਾਰਿਸ਼ ਸੀ ਮੋਦੀ ਸਾਹਿਬ ਦੀ ਪਤਾ ਨਹੀਂ ਹੈ ਕਿ ਨਹੀਂ ਹੈ ਜੀ ਪਰ ਚਰਚਾ ਉਦੋਂ ਉੱਥੇ ਜਿਹੜੇ ਹੈਗੇ ਕੁਝ ਮੁਜ਼ਾਰੇ ਵੀ ਹੋਏ ਸੀ ਲੋਕਾਂ ਨੇ ਜਿਹੜੇ ਵਾਤਾਵਰਣ ਪ੍ਰੇਮੀ ਸੀ ਕਿ ਇਹ ਜਿਹਾ ਕਮਨਾ ਕਰੋ ਜੀ ਹੁਣ ਇਧਰ ਦੀ ਸਥਿਤੀ ਕੀ ਹੈ ਕਿ ਜਿਹੜੀ ਚੀਜ਼ 5000 ਰੁਪਏ ਦੀ ਤੁਹਾਨੂੰ ਟਨ ਮਿਲਦੀ ਹੈ ਜੀ ਉਹ ਚੀਜ਼ ਜਿਹੜੀ ਹੈਗੀ ਹੈ ਇੱਥੇ ਹੁਣ 20000 ਰੁਪਏ ਨੂੰ ਟਾੜੇ ਜੀ 20 22 25 ਕੁ ਛੇ ਹੋ ਜਾਏ ਤੇ ਉਹਦੇ ਵਿੱਚ ਕੀਤਾ ਕੀ ਸਾਡੇ ਕੋਲੇ ਆਪ ਦਾ ਕੋਲਾ ਹੈਗਾ ਜੀ ਜਿਵੇਂ ਪੰਜਾਬ ਦੇ ਕੋਲੇ ਹੈ ਪਿੱਛੇ ਬੜਾ ਰੌਲਾ ਪੈਂਦਾ ਰਿਹਾ ਜੀ ਪੰਜਾਬ ਦੀ ਇੱਕ ਪਿਛਵਾੜਾ ਕੋਲਾ ਖਾਣੇ ਜੀ ਉਹ ਚੱਲ ਨਹੀਂ ਰਹੀ ਉਹ ਕੋਈ ਝਗੜੇ ਝਗੜੇ ਸੀਗੇ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਜਿੱਤੇ ਆ ਪਾਵਰ ਕਾਮ ਨੇ ਔਰ ਉਹਨੂੰ ਇਜਾਜ਼ਤ ਮਿਲ ਗਈ ਜੀ ਹੁਣ ਸਾਨੂੰ ਉੱਥੋਂ ਜਿਹੜਾ ਹੈਗਾ ਕੋਲਾ ਸਾਡੀ ਆਪ ਦੀ ਖਾਨ ਦੇ ਵਿੱਚੋਂ ਕਢਵਾ ਕੇ ਅਸੀਂ ਉੱਥੋਂ ਇੱਥੇ ਲੈ ਕੇ ਆਉਣੇ ਆ ਜੀ ਉਹ ਕੋਲਾ ਕੋਲਾ ਸਸਤਾ ਪੇਦੇ ਜੀ ਪਰ ਭਾਰਤ ਸਰਕਾਰ ਨੇ ਕਹਿੰਦਾ ਕਿ ਤੁਹਾਨੂੰ ਵਿਦੇਸ਼ੀ ਕੋਲਾ ਵੀ ਲੈਣਾ ਪਊਗਾ ਜੀ ਉਹਦਾ ਕੋਟਾ ਸੈੱਟ ਕਰਤਾ ਹਾਂ ਕੋਟਾ ਸੈੱਟ ਕਰਤਾ ਵੀ ਤੁਹਾਨੂੰ ਇਹ ਲੈਣਾ ਪਊ ਜੀ ਕੁਝ ਪਰਸੈਂਟੇਜ ਹੈ ਇਹ ਤੁਹਾਨੂੰ ਮਚਾਉਣਾ ਪਊ ਮਤਲਬ ਮੇਰਾ ਖਿਆਲ ਵੀ ਇਦੋਂ ਤੱਕ ਕੋਈ ਜਗੋਂ ਤੇਰਮੀ ਹੋ ਨਹੀਂ ਸਕਦੀ ਜੀ ਕਿ ਤੁਹਾਡੇ ਖਾਣ-ਪਾਣ ਤੇ ਤੁਹਾਡੇ ਪਹਿਨਣ ਦੇ ਉੱਤੇ ਵੀ ਪਾਬੰਦੀ ਲੱਗਦੀ ਹੈ ਕਿ ਤੁਹਾਨੂੰ ਆ ਕਰਨਾ ਪਊ ਨਹੀਂ ਘਰੇ ਰੋਟੀ ਪਈ ਹੋਵੇ ਤਾਂ ਕਹ ਦੋ ਵੀ ਫਲਾਣੇ ਢਾਬੇ ਤੋਂ ਭਾਈ ਇਹ ਤਾਂ ਲੈਣੀ ਲੈਣੀ ਜਾਂਦੀ ਸਰਕਾਰੀ ਹਾਂ ਤੂੰ ਇਤੋਂ ਇਤੋਂ ਥੋੜੀ ਘਰ ਵਾਲੀ ਰੋਟੀ ਨਹੀਂ ਚੰਗੀ ਜਿਹੜੇ ਉਹ ਕੁਲਚੇ ਆ ਨਾ ਉਹ ਵਧੀਆ ਹੈ ਅੰਮ੍ਰਿਤਸਰੀ ਕੁਲਚੇ ਤੁਹਾਨੂੰ ਲੈਣੀ ਪੈਣਗੇ ਲੈਣੀ ਪੈਣਗੇ ਉਹ ਕੁਲਚੇ ਮੱਲੋ ਮੱਲੀ ਠੱਕੇ ਨਾਲ ਖਵਾ ਰਹੇ ਐ ਵੀ ਤੁਸੀਂ ਖਾਓ ਇਹ ਜੀ ਹੁਣ ਉਹਦੇ ਨਾਲ ਜਦੋਂ ਦੇਖਿਆ ਕਿ ਸਰਸਤਾ ਜਿਹੜਾ ਉਹਨੇ ਆਪਣੇ ਫਾਈਨੈਂਸ਼ੀਅਲ ਟਾਈਮ ਜਿਹਨੇ ਆਰਟੀਕਲ ਲਿਖਿਆ ਫਿਰ ਉਹਦੇ ਉਹ ਕੋ ਕਰੰਤੋ ਬਾਦ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜੀ ਪੱਪੂ ਦੇ ਜਿਹਨੂੰ ਪੱਪੂ ਬਣਾਇਆ ਸੀ ਜਿਹਦੇ ਤੇ ਹਜ਼ਾਰਾਂ ਕਰੋੜ ਰੁਪਏ ਲਾਇਆ ਸੀ ਪੱਪੂ ਸਾਫਤ ਕਰਨ ਵਾਸਤੇ ਜੀ ਪਰ ਪੱਪੂ ਵਾਲਾ ਜਿਹੜਾ ਇਮੇਜ ਉਦੋਂ ਉਹਨੇ ਬਦਲਤਾ ਜਦੋਂ ਭਾਰਤ ਜਿਹੜੀ ਯਾਤਰਾ ਸ਼ੁਰੂ ਕੀਤੀ ਤੇ ਉਹਨੇ ਕਿਹਾ ਸੀ ਕਿ ਪੁਰਾਣਾ ਰੌਹਲ ਮਰ ਗਿਆ ਜੀ ਇੱਕ ਨਵਾਂ ਰੌਹਲ ਜਿਹੜਾ ਹੈਗਾ ਉਹ ਜਨਮ ਲੈ ਚੁੱਕਾ ਤੇ ਮੈਂ ਹੁਣ ਉਹ ਰੌਹਲ ਨਹੀਂ ਰਿਹਾ ਦਿਖਦਾ ਵੀ ਹੈ ਜੀ ਹਾਂ ਔਰ ਉਹ ਦਿਖਦਾ ਵੀ ਹੈ ਤੇ ਉਹਨੇ ਜਿਹੜਾ ਕੀਤਾ ਉੱਥੇ ਭਾਰਤ ਜਿਹੜੀ ਯਾਤਰਾ ਦੇ ਵਿੱਚ ਉਹਨੂੰ ਲੋਕਾਂ ਨੇ ਮਕਬੂਲ ਕੀਤਾ ਕਿ ਹਾਂ ਇਹ ਪੱਪੂ ਨਹੀਂ ਇੱਕ ਲੀਡਰ ਹੈ ਜੀ ਉਹਨੂੰ ਪ੍ਰਵਾਨ ਕੀਤਾ ਮਕਬੂਲ ਹੋਇਆ ਲੋਕਾਂ ਚ ਹਰਮਨ ਪਿਆਰਾ ਬਣਿਆ ਹੁਣੇ ਡੇ ਬਾਈ ਡੇ ਜਿਹੋ ਜਿਹੋ ਮਾਮਲੇ ਉਠਾਉਂਦਾ ਹੈ ਜਿਸ ਬੰਦੇ ਨੂੰ ਈਡੀ ਨੇ ਤਲਬ ਕੀਤਾ ਫਲਾਣਾ ਕੀਤਾ ਧਮਕਾ ਕੀਤਾ ਉਹਦੀ ਮਾਂ ਉਹਦੀ ਭੈਣ ਨੂੰ ਸਾਰਾ ਜੋ ਨਿਕਲੇ ਕੱਖ ਨਹੀਂ ਜੀ ਕਿਉਂਕਿ ਈਡੀ ਵਾਲੇ ਤਾਂ ਮੱਲੋ ਮਲੀ ਫੜ ਕੇ ਅੰਦਰ ਦੇ ਜਾਂਦੇ 50 50 ਘੰਟੇ ਬੰਦੇ ਨੂੰ ਇੰਟਰੋਗੇਟ ਕੀਤਾ ਹੋਵੇ ਨਹੀਂ ਤਾਂ ਉਹਨੂੰ ਚਲਾਣਾ ਪੈਸ਼ ਹੋ ਜਾਂਦੇ ਉਹਨੇ ਕੱਲ ਇੱਕ 14 ਕਿ ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਜੀ ਉਹਦੇ ਵਿੱਚ ਫਿਰ ਉਹਨੇ ਫਾਰਮੂਲਾ ਦੱਸਿਆ ਕਿ ਭਰਾਵੋ ਭਾਰਤ ਦੇ ਵਿੱਚ ਬਿਜਲੀ ਮਹਿੰਗੀ ਕਿਉਂ ਹੈ ਜੀ ਉਹ ਕਹਿੰਦੇ ਵੀ ਸਾਡੇ ਕੋਲੇ ਸਸਤਾ ਕੋਲਾ ਉਸ ਕੋਲੇ ਦੇ ਨਾਲ ਜੇ ਅਸੀਂ ਬਿਜਲੀ ਬਣਾਵਾਂਗੇ ਤਾਂ ਉਹ ਸਸਤੀ ਉਹਦੇ ਤੇ ਖਰਚਾ ਘਟਾਊਗਾ ਜੀ ਜੇ ਕਿਸੇ ਉਤਪਾਦਨ ਤੇ ਖਰਚਾ ਘਟੂ ਤਾਂ ਅਗਲਾ ਸੁੱਤੋ ਪੱਧ ਪੈਸੇ ਕਿਉਂ ਲੂ ਜੀ ਜੇ ਤੁਹਾਡੇ ਉਤਪਾਦਨ ਦੇ ਉੱਤੇ ਖਰਚਾ ਜ਼ਿਆਦਾ ਆਊਗਾ ਤਾਂ ਫਿਰ ਤੁਹਾਨੂੰ ਮੁੱਲ ਵੀ ਜ਼ਿਆਦਾ ਦੇਣਾ ਪੈਣਾ ਜੀ ਜਿਹੜਾ ਖਪਤਕਾਰ ਉਹਨੂੰ ਤਾਂ ਜ਼ਿਆਦਾ ਮੁੱਲ ਦੇਣਾ ਪੈਣਾ ਉਹ ਕਹਿੰਦੇ ਜੇ ਮਹਿੰਗੀ ਬਿਜਲੀ ਪੈਦਾ ਹੁੰਦੀ ਹੈ ਤਾਂ ਸਰਕਾਰ ਕਰਵਾ ਰਹੀ ਹੈ ਤੇ ਖਪਤਕਾਰ ਤੋਂ ਮੈਂ ਜ਼ਿਆਦਾ ਪੈਸੇ ਲੈ ਜਾ ਰਹੀ ਹੈ ਜੀ ਉਹ ਪੈਸੇ ਲੈ ਕੇ ਜਿਹੜਾ ਉਹ ਨੂੰ ਸਰ ਸਕਦਾ ਹੈ ਜੀ ਕਿ ਜਦੋਂ ਘਰੇਲੂ ਕੋਲਾ ਹੈਗਾ ਇਹਦੇ ਨਾਲ ਉਹ ਕਹਿੰਦੇ ਕਿੰਨਾ ਫਰਕ ਹੈ ਜਿੰਦਾ ਕਹਿੰਦੇ 32 ਕ ਹਜ਼ਾਰ ਕਰੋੜ ਰੁਪਏ ਹੈ ਜਿਹੜਾ ਲੋਕਾਂ ਨੂੰ ਉਹ ਦੇਣਾ ਪੈਂਦਾ ਅਗਲੀ ਗੱਲ ਸਮਝਣ ਬੜੀਏ ਦਲਵੀਰ ਜੀ ਕਿ ਲੋਕਾਂ ਤੋਂ ਤਾਂ ਲੈ ਲਿਆ ਜੀ ਲੋਕਾਂ ਤੋਂ ਲੈ ਲਿਆ 32000 ਕਰੋੜ ਰੁਪਏ ਤੇ 32000 ਕਰੋੜ ਰੁਪਏ ਦੇ ਵਿੱਚ ਕਈ ਵਾਰੀ ਇਹ ਹੁੰਦੀ ਹੈ ਜਿਵੇਂ ਪੰਜਾਬ ਦੇ ਵਿੱਚ ਸਬਸਿਡੀ ਚੱਲਦੀ ਹੈ ਜੀ ਇੱਥੇ ਆਪਣੇ ਖੇਤੀਬਾੜੀ ਵਾਸਤੇ ਬਿਜਲੀ ਮੁਫਤ ਹੈ ਜੀ ਇੱਥੇ 600 ਯੂਨਟ ਇੱਕ ਸਰਕਲ ਦੇ ਵਿੱਚ ਤੇ 300 ਯੂਨਟ ਪ੍ਰਤੀ ਮਹੀਨਾ ਮੁਫਤ ਹੈ ਜੀ ਇੱਥੇ ਜਿਹੜੇ ਹੈਗੇ ਆ ਗਰੀਬ ਉਹਨਾਂ ਨੂੰ ਮੁਫਤ ਹੈ ਬਹੁਤ ਸਾਰੇ ਮਤਲਬ ਹੋਰ ادارے ਆ ਜਿਨ੍ਹਾਂ ਨੂੰ ਮੁਫਤ ਦੇਣੀ ਪੈਂਦੀ ਹੈ ਜਿਵੇਂ ਹਸਪਤਾਲ ਵਗੈਰਾ ਹੈਗੇ ਆ ਵੀ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਜਿਹੜੀ ਉਹ ਬਿਜਲੀ ਮੁਫਤ ਮਿਲਦੀ ਹੈ ਮੁਫਤ ਨਹੀਂ ਹੈ ਅਸਲ 'ਚ ਜੀ ਸਰਕਾਰ ਨੂੰ ਉਹਦੇ ਪੈਸੇ ਦੇਣੇ ਪੈਂਦੇ ਜੀ ਉਹਨੂੰ ਕਹਿੰਦੇ ਸਬਸਿਡੀ ਆਪਨਾ ਕਈ ਰੀ ਰੌਲਾ ਨਹੀਂ ਪੈਂਦਾ ਹੁੰਦਾ ਪਿੱਛੇ ਪੰਜਾਬ ਸਰਕਾਰ ਦਾ ਰੌਲਾ ਪਿਆ ਗਿਆ ਸੀ ਕਿ 50 ਹਜ਼ਾਰ ਕਰੋੜ ਰੁਪਏ ਦਾ ਤੁਸੀਂ ਕੀ ਕੀਤਾ ਜੀ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਪਿਛਲੀਆਂ ਸਬਸਿਡੀਆਂ ਰਹਤੀਆਂ ਸੀ ਉਹ ਵੀ ਦਿੱਤ ਗਏ ਜੀ ਜਿਹੜੀਆਂ ਪਿਛਲੀਆਂ ਸਰਕਾਰਾਂ ਪੈਸੇ ਦੇਣੇ ਪੈਦੀਏ ਜਦੋਂ ਸਰਕਾਰ ਉਹ ਪੈਸੇ ਅਦਾ ਕਰੂਗੀ ਉਹ ਕਿੱਥੋਂ ਕਰੂਗੀ ਸਰਕਾਰੀ ਖਜ਼ਾਨੇ ਚੋਂ ਜੀ ਸਰਕਾਰੀ ਖਜ਼ਾਨੇ ਚ ਲੀਡਰਾਂ ਨੇ ਤਾਂ ਪੈਸੇ ਪਏ ਨਹੀਂ ਹੁੰਦੇ ਉਹ ਤਾਂ ਲੋਕਾਂ ਤੋਂ ਟੈਕਸ ਰਾਹੀਂ ਇਕੱਠੇ ਕੀਤੇ ਹੁੰਦੇ ਆ ਫਿਰ ਦੌਲਤ ਕਿਹਦੀ ਬਣ ਗਈ ਲੋਕਾਂ ਦੀ ਬਿਲਕੁਲ ਜੀ ਉਹ ਲੋਕਾਂ ਦੀ ਦੌਲਤ ਜਿਹੜੀ ਇੱਥੇ ਲਟਾਈ ਜਾ ਰਹੀ ਹੈ ਤੇ ਜੇਬ ਚ ਕਿਹਦੀ ਚ ਜਾ ਰਹੀ ਹੈ ਅਡਾਨੀ ਦੀ ਜੀ ਬਿਲਕੁਲ ਜੀ ਇਸੇ ਕਰਕੇ ਜਿਹੜਾ ਹੈਗਾ ਰਾਹੁਲ ਗਾਂਧੀ ਨੇ ਹੁਣ ਕਿਹਾ ਜੀ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਪਰ ਪਰਤਾਲੀ ਇੱਥੇ ਤਾਂ ਕਿਸੇ ਨੇ ਕਰਨੀ ਨਹੀਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਮਾਮਲਾ ਚੱਕਿਆ ਸੀ ਅਡਾਨੀ ਵਾਲਾ ਜੀ ਤੇ ਉਹਦਾ ਨਤੀਜਾ ਕੀ ਹੋਇਆ ਸੀ ਕਿ 2 ਸਾਲ ਦੀ ਸਜ਼ਾ ਹੋ ਸਕਦੀ ਹੈ ਮਾਨ ਹਾਨੀ ਦੇ ਕੇਸ ਦੇ ਵਿੱਚ ਦੋ ਦੀ ਤਾਂ ਪੂਰੀ ਹੋ ਗਈ ਜੀ ਦੋ ਤੋਂ ਇੱਕ ਦਿਨ ਘੱਟ ਕਿਉਂ ਨਹੀਂ ਹੋਈ ਜੇ ਦੋ ਤੋਂ ਇੱਕ ਦਿਨ ਘੱਟ ਹੁੰਦੀ ਤਾਂ ਉਹ ਫਿਰ ਪਾਰਲੀਮੈਂਟ ਦਾ ਮੈਂਬਰ ਰਹਿ ਸਕਦਾ ਸੀ ਜੀ ਉਹਦੇ ਕੋਲ ਘਰ ਵੀ ਰਹਿ ਸਕਦਾ ਸੀ 2 ਸਾਲ ਦੀ ਪੂਰੀ ਕਰਾ ਕੇ ਉਹਨੂੰ ਪਾਰਲੀਮੈਂਟ ਚ ਉਹਦੀ ਮੈਂਬਰੀ ਖਤਮ ਕਰਵਾਤੀ ਜੀ ਉਹਦਾ ਘਰ ਵਿਆਹਸ ਲੈ ਲਿਆ ਉਹਨੂੰ ਇਹ ਸਾਬਤ ਕਰਨ ਵਾਸਤੇ ਕਿ ਮੇਰੇ ਨਾਲ ਧੱਕਾ ਹੋਇਆ ਸੁਪਰੀਮ ਕੋਰਟ ਤੱਕ ਜਾਣਾ ਪਿਆ ਜੀ ਸੁਪਰੀਮ ਕੋਰਟ ਨੇ ਜਾ ਕੇ ਕਿ ਤੇ ਰਾਹੁਲ ਗਾਂਧੀ ਦੀ ਮੈਂਬਰੀ ਬਹਾਲ ਆਪਣੀ ਜਿਹੜੀ ਉਹਨੂੰ ਸਜ਼ਾ ਤੇ ਰੋਕ ਲਾਈ ਉਹਦੀ ਮੈਂਬਰੀ ਬਹਾਲ ਹੋਈ ਇਹ ਜਿਹੜੀ ਸਥਿਤੀ ਹੈ ਉਹ ਹੈ ਹੁਣ ਉਹਦੇ ਕਹੇ ਤੇ ਇਨਕੁਆਇਰੀ ਕੌਣ ਕਰਾਊਗਾ ਪਰ ਰਾਹੁਲ ਗਾਂਧੀ ਨੇ ਅੱਗੇ ਗੱਲ ਕਹੀ ਸੀ ਕਿ ਜੇ ਸਾਡੀ ਹਕੂਮਤ ਬਣ ਗਈ ਜੀ ਅਸੀਂ ਫਿਰ ਇਹ ਦੀ ਇਨਕੁਆਇਰੀ ਕਰਾਵਾਂਗੇ ਹੁਣ ਇਹਦਾ ਕੰਮ ਉਲਟ ਵੀ ਹੋ ਜਦੋਂ ਇਸ ਗੱਲ ਦਾ ਪਤਾ ਲੱਗਣਾ ਹੈ ਕਿ ਹਾਂਜੀ ਇਨਕੁਆਇਰੀ ਕਰਾਉਣਗੇ ਤੇ ਇਨਕੁਆਇਰੀ ਕਿੱਥੋਂ ਹੋ ਇਨਕੁਆਇਰੀ ਤਾਂ ਫਿਰ ਉੱਥੋਂ ਹੀ ਹੋ ਨਾ ਜੋ ਕੋਈ ਤੁਹ ਕੋਲਾ ਆਉਂਦਾ ਵੀ ਤੁਹਾਡੇ ਕੋਲੋਂ ਕੋਲ ਕੀ ਭਜ ਲਿਆ ਸਾਡੇ ਵਾਲਾ ਕੰਮ ਨਹੀਂ ਨਾ ਹੈ ਇੱਥੇ ਗੱਬ ਕੀ ਬੇ ਦੋਕੂਮੈਂਟਰੀ ਪ੍ਰੂਫ ਹੈ ਜੀ ਇਹ ਦਸਤਾਵੇਜ਼ਾਂ ਦੀ ਕੋਖ ਹੋਣੀ ਹੈ ਤੇ ਫਿਰ ਅਡਾਨੀ ਹੋਰੀ ਚੁੱਪ ਕਰਕੇ ਥੋੜਾ ਬੈਠਣਗੇ ਫਿਰ ਇੱਕ ਜਹਾਜ਼ ਦੀ ਬਜਾਏ ਸੈਂਕੜਾ 10-15 ਜਹਾਜ਼ ਲਾ ਦੇਣ ਕਿ ਭਾਈ ਆ ਜਿਹੜੇ ਇੰਡੀਆ ਵਾਲੇ ਆ ਜਿਨ੍ਹਾਂ ਦਾ ਲੀਡਰ ਰਾਹੁਲ ਗਾਂਧੀ ਹੈ ਇਹ ਨਾ ਕਿਤੇ ਜਿੱਤ ਜਾਣ ਇਹਨਾਂ ਦਾ ਜਿਹੜਾ ਹੈਗਾ ਕਰੋ ਕੰਗਾ ਉਹਦੇ ਵਾਸਤੇ ਫਿਰ ਪ੍ਰਚਾਰ ਮਿਹਨਤ ਤੇ ਪੈਸਾ ਤੇਲਾ ਕਾਫੀ ਲੱਗ ਸਕਦਾ ਹੈ ਜੀ ਤਿਲੋ ਸਾਹਿਬ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਦਿਆਂ ਤੇ ਏਕੇ ਦਾ ਸੱਦਾ ਦਿੱਤਾ ਗਿਆ ਜੀ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਬੜੀਆਂ ਆਪਾਂ ਕਹਿ ਦਈਏ ਬਹਾਦਰ ਤੇ ਮਤਲਬ ਕਾਬਲੇ ਫਖਰ ਜਿਨ੍ਹਾਂ ਤੇ ਆਪਾਂ ਫਖਰ ਕਰ ਸਕਦੇ ਇਸ ਕਿਸਮ ਦੇ ਜਥੇਬੰਦਗੇ ਜੀ ਪੰਜਾਬ ਦੀ ਜਿਹੜੀ ਲੜਾਈ ਸੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਲੜਾਈ ਤਾਂ ਸੀ ਸਿਰਫ ਤੇ ਸਿਰਫ ਐਮਐਸਪੀ ਦੀ ਜੀ ਕਿ ਡਾਕਟਰ ਸੁਮਿੰਦਰ ਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ ਘਟੋ ਘਟ ਖਰੀਦ ਮੁੱਲ ਹੈ ਜਿਹੜਾ ਉਹ ਤੈਅ ਕਰੋ ਜੀ ਜੋ ਉਹਨਾਂ ਨੇ ਕਿਹਾ ਸੁਭਮਿੰਦਰ ਤੋਂ ਹੋ ਰਹਾ ਨਹੀਂ ਲੇਕਿਨ ਗੱਲ ਨਹੀਂ ਕੀਤੀ ਉਲਟਾ ਹੋਇਆ ਇਹ ਕਿ ਲੜਾਈ ਤਾਂ ਉਹਨਾਂ ਦੀ ਇਹ ਚੱਲਦੀ ਸੀ ਭਾਰਤ ਸਰਕਾਰ ਨੇ ਲਿਆ ਕੇ ਤਿੰਨ ਕਾਲੇ ਕਾਨੂੰਨ ਠੋਕ ਦਿੱ ਉਹਨਾਂ ਤੇ ਜੀ ਤਾਂ ਉਹ ਫਿਰ ਲੜਾਈ ਕਾਲੇ ਕਾਨੂੰਨਾਂ ਦੇ ਖਿਲਾਫ ਚੱਲ ਪਈ ਔਰ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੀ ਲੜਾਈ ਚੱਲੀ ਹੈ ਉਹ ਲੜਾਈ ਦੀ ਸ਼ੁਰੂਆਤ ਹੋਈ ਹੈ ਪੰਜਾਬ ਤੋਂ ਜੀ ਪੰਜਾਬ ਦੇ ਨਾਲ ਦੀ ਨਾਲ ਹੀ ਜੇ ਸੱਜੇ ਪਾਸੇ ਪੰਜਾਬ ਲੱਗਿਆ ਸੀ ਪੰਜਾਲੀ ਦੇ ਤੇ ਖੱਬੇ ਪਾਸੇ ਨਾਲ ਦੀ ਨਾਲ ਹੀ ਮਤਰਵਾ ਕੇ ਸਰਪਾਲੇ ਹਰਿਆਣੇ ਦੇ ਕਿਸਾਨਾਂ ਨੇ ਜੀ ਦੋਨੇ ਜੁੜ ਗਏ ਪੰਜਾਲੀ ਨੂੰ ਤੇ ਮਗਰ ਪਿਆ ਸੀ ਹਾਲੋ ਕਹਿੰਦੇ ਆਓ ਫਿਰ ਤੂ ਕਿ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਗਏ ਸੜਕਾਂ ਪੱਟੀਆਂ ਬੜਾ ਬੁਰਾ ਹਾਲ ਕੀਤਾ ਲਾਠੀ ਚਾਰਜ ਕੀਤੇ ਲੋਕਾਂ ਦੀ ਫੜੋ ਫੜਾਈ ਕੀਤੀ ਬਹੁਤ ਕੁਝ ਹੋਇਆ ਲੇਕਿਨ ਜਾ ਕੇ ਫਿਰ ਉਥੇ ਪੂਰੀ ਬੈਰੀਕੇਡਿੰਗ ਕਰਤੀ ਵੀ ਤੁਸੀਂ ਦਿੱਲੀ ਚ ਨਹੀਂ ਵੜ ਸਕਦੇ ਉਹ ਜਿੱਥੇ ਰੋਕੋਗੇ ਉੱਥੇ ਹੀ ਬਹਿ ਗਏ ਜੀ ਫਿਰ ਆਪਾਂ ਨੂੰ ਪਤਾ ਹੈ ਕਿ ਦਿੱਲੀ ਨੂੰ ਚਾਰਜ ਫਿਰੋਂ ਘੇਰਾ ਪੈ ਗਿਆ ਸੀ ਜੀ ਔਰ ਇਹ ਘੇਰਾ ਸਾਲ ਤੋਂ ਉੱਪਰ ਰਿਹਾ ਸਾਡੇ 750 ਕਿਸਾਨਾਂ ਨੇ ਆਪਣੀ ਜਿਹੜੀ ਹੈਗੀ ਇਹ ਕੁਰਬਾਨੀ ਦਿੱਤੀ ਸ਼ਹਾਦਤਾਂ ਦਿੱਤੀਆਂ ਜੀ 750 ਕਿਸਾਨ ਗਏ ਜਿਹੜੇ ਨੂੰ ਨਰਿੰਦਰ ਮੋਦੀ ਬਾਰੇ ਕਿਹਾ ਜਾਂਦਾ ਸੀ ਕਿ ਮੋਦੀ ਹੈ ਤੋਂ ਮੁਮਕੜ ਹੈ ਤੇ ਮੋਦੀ ਕਦੇ ਕਿਸੇ ਦੇ ਸਾਹਮਣੇ ਝੁਕਦਾ ਨਹੀਂ ਜੀ ਉਹਦੇ ਚ ਗੱਲ ਹੈ ਕਿ ਕਿਸਾਨ ਅੰਦੋਲਨ ਦੇ ਸਾਹਮਣੇ ਮੋਦੀ ਨੂੰ ਝੁਕਣਾ ਪਿਆ ਤੇ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਉਹਨਾਂ ਨੂੰ ਆ ਕੇ ਇਹ ਬਿਆਨ ਦੇਣਾ ਪਿਆ ਕਿ ਅਸੀਂ ਲੋਕਾਂ ਨੂੰ ਸਮਝਾ ਨਹੀਂ ਸਕੇ ਇਹਦਾ ਹੀ ਅਸੀਂ ਮਾਫੀ ਮੰਗਦੇ ਹਾਂ ਤੇ ਕਾਲੇ ਕਾਨੂੰਨ ਅਸੀਂ ਵਾਪਸ ਲਵਾਂਗੇ ਜਿਹੜੀ ਪਾਰਲੀਮੈਂਟ ਦੇ ਰਾਹੀਂ ਉਹ ਕਾਨੂੰਨ ਬਣਾਏ ਸੀ ਉਸੇ ਪਾਰਲੀਮੈਂਟ ਰਾਹੀਂ ਉਹ ਕਾਨੂੰਨ ਰੱਦ ਕਰਵਾਏ ਇਹ ਪੰਜਾਬ ਦੀ ਕਿਸਾਨੀ ਦੀ ਕਿਸਾਨ ਜਥੇਬੰਦੀਆਂ ਦੀ ਕਿਸਾਨ ਲੀਡਰਸ਼ਿਪ ਦੀ ਆਪਾਂ ਕਹਿ ਸਕਦੇ ਹਾਂ ਬਹੁਤ ਵੱਡੀ ਪ੍ਰਾਪਤੀ ਸੀ ਇਤਿਹਾਸਕ ਜਿੱਤ ਹੈ ਇਤਿਹਾਸਕ ਜਿੱਤ ਹੈ ਔਰ ਇਹ ਇਤਿਹਾਸਕ ਜਿੱਤ ਜਿਹੜੀ ਹੈਗੀ ਸ਼ੁਰੂ ਭਾਵੇਂ ਪੰਜਾਬ ਤੋਂ ਹੋਈ ਹੈ ਲੇਕਿਨ ਕੁਮੰਤਰੀ ਪੱਦਰ ਤੇ ਜੀ ਦੁਨੀਆਂ ਦੇ ਜਿਸ ਵੀ ਹਿੱਸੇ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕ ਬੈਠੇ ਸੀ ਪੰਜਾਬੀ ਲੋਕ ਉਹਨਾਂ ਨੇ ਪੂਰੀ ਮਦਦ ਕੀਤੀ ਹੈ ਲਓ ਜੀ ਉਸ ਤੋਂ ਬਾਅਦ ਐਮਐਸਪੀ ਵਾਲਾ ਮਾਮਲਾ ਰਹਿ ਗਿਆ ਸੀ ਇਹਨਾਂ ਨੂੰ ਯਕੀਨ ਜਕੂਨ ਦਵਾ ਕੇ ਤੋਰਤਾ ਵੀ ਜਾਂਦੇ ਰਹੋ ਜੀ ਪਰ ਥੋੜੀ ਜਿਹੀ ਗਲਤੀ ਕੁਝ ਜਿਹੜੇ ਜਿਆਦਾ ਹੀ ਕਿਸਾਨ ਸਾਡੇ ਚੋਂ ਵੀ ਕਰ ਗਏ ਉਹਨਾਂ ਕਿਸਾਨਾਂ ਨੂੰ ਇਹ ਹੋ ਗਿਆ ਕਿ ਜੇ ਅਸੀਂ ਆ ਕੁਝ ਕਰ ਸਕਦੇ ਤੇ ਅਸੀਂ ਪੰਜਾਬ ਸਰਕਾਰ ਕਿਉਂ ਨਹੀਂ ਬਣਾ ਸਕਦੇ ਆਪਦੀ ਸਰਕਾਰ ਬਣਾਈਏ ਤੇ ਫਿਰ ਅਸੀਂ ਆਪਦੇ ਫੈਸਲੇ ਆਪ ਕਰਿਆ ਕਰਾਂਗੇ ਉਹ ਵਿਚਾਰੇ ਇਸ ਗੱਲ ਨੂੰ ਭੁੱਲ ਗਏ ਕਿ ਸਟੇਟ ਦਾ ਕੈਰੇਕਟਰ ਹੋਰ ਹੁੰਦਾ ਅੰਦੋਲਨ ਕਰਕੇ ਦਾ ਕੈਰੇਕਟਰ ਹੋਰ ਹੁੰਦਾ ਬਿਲਕੁਲ ਉਹ ਅੰਦੋਲਨ ਚੋਂ ਆ ਕੇ ਖੁਦ ਪੇਤੇ ਆਪਣਾ ਥੋੜਾ ਅੰਦੋਲਨ ਚੋਂ ਚੋਣ ਜੁੱਦ ਦੇ ਵਿੱਚ ਆ ਕੇ ਤੇ ਚੋਣ ਜੁੱਦ ਦੇ ਵਿੱਚ ਜੋ ਕੁਝ ਹੋਇਆ ਉਹਨਾਂ ਦੇ ਨਾਲੇ ਕਿਸੇ ਤੋਂ ਗੁਝਾ ਨਹੀਂ ਜੀ ਲੇਫਟੀਨੈਂਟ ਜਨਰਲ ਹਰਵਖਸ਼ ਸਿੰਘ ਬਹੁਤ ਵੱਡਾ 1965 ਦੇ ਵਿੱਚ ਜਿਨ੍ਹਾਂ ਨੇ ਮਤਲਬ ਜਿਹੜੇ ਹੈਗੇ ਆ ਜਦੋਂ ਹੁਕਮ ਹੋ ਗਿਆ ਸੁੱਤੋਂ ਕਿ ਸੱਤ ਲੋਚ ਤਪਛਾਹ ਆ ਜੋ ਤੇ ਉਹਨਾਂ ਨੇ ਕਿਹਾ ਸੀ ਨਹੀਂ ਖਾਲਸਾ ਪਛਾਣੀ ਮੁੰਡਾ ਹੁਣ ਲੜਾਈ ਲੜਾਂਗੇ ਜੀ ਤੇ ਉਹਨਾਂ ਨੇ ਜਿਹੜੀ ਉਸ ਵੇਲੇ ਪਾਕਿਸਤਾਨ ਨੂੰ ਹਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਜੀ ਪਪੂਲਾਰਿਟੀ ਦੀ ਹੱਦ ਕੋਈ ਨਹੀਂ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਆ ਲੇਕਿਨ ਚੋਣਾ ਚੋਣਾ ਨੂੰ ਵੀ ਸਫਲਤਾ ਨਹੀਂ ਮਿਲੀ ਸੀ ਬਿਲਕੁਲ ਚੋਣਾ ਦੇ ਵਿੱਚ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਸੀ ਕਿਸਾਨੇ ਇਸ ਗੱਲ ਨੂੰ ਭੁੱਲ ਗਏ ਸੀ ਕਿਸਾਨ ਲੀਡਰਸ਼ਿਪ ਨਤੀਜਾ ਹੋ ਗਿਆ ਕਿ ਲਹਿ ਜੀ ਲਹਿਰ ਟੁੱਟ ਗਈ ਕੋਈ ਇਧਰ ਤੇ ਕੋਈ ਇਧਰ ਕੋਈ ਇਧਰ ਹੁਣ ਕਿਉਂਕਿ ਇਸ ਵੇਲੇ ਸਕੰਜਾ ਫਿਰ कसेਗੇ ਜੀ ਹਰ ਪਾਸਿਓਂ ਕਿਸਾਨੀ ਦੇ ਉੱਤੇ ਮਾਰ ਪੈ ਰਹੀ ਏ ਇਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਾਮਲਾ ਹੈ ਉਹ ਐਸਵਾਈਐਲ ਦਾ ਆ ਗਿਆ ਜੀ ਐਸਵਾਈਐਲ ਜਿਹੜੀ ਹੈਗੀ ਏ ਇਹ ਪੰਜਾਬ ਦੀ ਸ਼ਹਿਰ ਆ ਗਈ ਜੀ ਜੇ ਐਸਵਾਈਐਲ ਬਣਦੀ ਏ ਤਾਂ ਸਮਝ ਲਓ ਸ਼ਹਿਰ ਆਗ ਵੱਢੀ ਗਈ ਇਹਦੇ ਤੇ ਵੀ ਹੁਣ ਆਪਾਂ ਕੀ ਕਰੀਏ ਕਦੇ ਮਤਲਬ ਤੁਸੀਂ ਦੇਖੋ ਸਾਡੇ ਭਗਵੰਤ ਮਾਨ ਜੀ ਜਿਹੜੇ ਕਿਸੇ ਵੇਲੇ ਕਿਸਾਨਾਂ ਦੀ ਤਾਰੀਫ ਕਰਿਆ ਕਰਦੇ ਸੀ ਜੀ ਤੇ ਪੈ ਨੂੰ ਨਾ ਨੇ ਇਸਲੇ ਦਿਨਾਂ ਦੇ ਵਿੱਚ ਕਿਸਾਨਾਂ ਬਾਰੇ ਟਿੱਪਣੀ ਕੀ ਕੀਤੀ ਸੀ ਕਿਉਂਕਿ ਬੰਦਾ ਸੱਤਾ ਚ ਆ ਗਿਆ ਆਪੋਜੀਸ਼ਨ ਚ ਨੇ ਉਹਨੇ ਕਿਹਾ ਸੀ ਕਿ ਪਹਿਲਾਂ ਤਾਂ ਇਹ ਭਾਲਦੇ ਹੁੰਦੇ ਸੀ ਮੁੱਦੇ ਕਿ ਮੁੱਦੇ ਕਿਸ ਕਿੰਨਾ ਮੁੱਦੇ ਤੇ ਲੜਾਈ ਲੜੀ ਜਾਵੇ ਹੁਣ ਕਹਿੰਦੇ ਭਾਲਦੇ ਆ ਥਾਂ ਵੀ ਥਾਂ ਕਿੱਥੇ ਖਾਲੀ ਪਈਏ ਉੱਥੇ ਆ ਕੇ ਪੰਜ ਘੱਟ ਲੈਂਦੇ ਯਾਦ ਰੱਖੋ ਇਹ ਹੀ ਗੱਲ ਇਹ ਹੀ ਗੱਲ ਸੁਖਵੀਰ ਬਾਦਲ ਨੇ ਕਹੀ ਸੀ ਕਿ ਬਿੱਲਰ ਲੋਕ ਐ ਧਰਨੇ ਲਾਉਂਦੇ ਪਰ ਬਿੱਲਰ ਲੋਕਾਂ ਨੇ ਸੁਖਵੀਰ ਬਾਦਲ ਨੂੰ ਵੀ ਡੰਡੀ ਪਾਤਾ ਤੇ ਕੋਈ ਅਤਕਥਨੀ ਨਹੀਂ ਜਦੋਂ ਇਹਨਾਂ ਨੂੰ ਵੀ ਡੰਡੀ ਪਾ ਦੇਣਗੇ ਜੀ ਇਹਦੇ ਤੇ ਹੁਣ ਕਿਸਾਨਾਂ ਦੇ ਵਿੱਚ ਇਹ ਅੰਦਰ ਖਾਤੇ ਉਹਨਾਂ ਨੂੰ ਆਪਣੇ ਆਪ ਮਹਿਸੂਸ ਹੋਣ ਲੱਗਾ ਕਿ ਕੱਲੇ ਕੱਲੇ ਲੜੀਆ ਨੇ ਜੀ ਕੱਲੇ ਕੱਲੇ ਲੜਕੇ ਯਾਰ ਆਪਾਂ ਕਾਮਯਾਬੀ ਤਾਂ ਕੋਈ ਹਾਸਲ ਨਹੀਂ ਕਰਦੇ એનર્ਜੀ ਵੇਸਟ ਕਰੀ ਜਾਂਦੇ ਜੀ ਕਿਉਂ ਨਾ ਕੁਛ ਨਾ ਕੁਛ ਕਰੀਏ ਕੁਛ ਜਿਹੀ ਸਬੰਧੀਆਂ ਇੱਥੇ ਇਕੱਠੀਆਂ ਹੋਈਆਂ ਉਹਨਾਂ ਨੇ ਆ ਕੇ ਪਹਿਲਾਂ 4 ਜਿਹੀ ਸਬੰਧੀਆਂ ਸੀ ਮੇਰਾ ਕਲ 20 ਦਰਜਨ ਤੋਂ ਵੱਧ ਹੋ ਗਿਆ ਕੱਲ ਉਹਨਾਂ ਦੀ ਇੱਕ ਮੀਟਿੰਗ ਸੀ ਚੰਡੀਗੜ੍ਹ ਜੀ ਉਸ ਮੀਟਿੰਗ ਦੇ ਵਿੱਚ ਜੋ ਉਹਨਾਂ ਨੇ ਪਹਿਲਾਂ ਪ੍ਰੋਗਰਾਮ ਦਾ ਰਿਵਿਊ ਵੀ ਕੀਤਾ ਤੇ ਉਹਨੂੰ ਅਗਾ ਤੋਰਨ ਦੀ ਗੱਲ ਵੀ ਕੀਤੀ ਜੀ ਉੱਥੇ ਉਹਨਾਂ ਨੇ ਦੋ ਤਿੰਨ ਗੱਲਾਂ ਕਹੀਆਂ ਕਿ ਸਭ ਤੋਂ ਪਹਿਲੀ ਗੱਲ ਹੈ ਸਾਡੇ ਆਸਤੇ ਪਾਣੀ ਜੀ ਪੰਜਾਬ ਦਾ ਪਾਣੀ ਬਚਾਉਣਾ ਹੈ ਇਹ ਲੜਾਈ ਹੈ ਸਤਲੁਜ ਜਮਨਾ ਲਿੰਕ ਡੈਰ ਦੇ ਖਿਲਾਫ ਦੂਜਾ ਮੁੱਦਾ ਸਾਡੇ ਆਸਤੇ ਜਿਹੜਾ ਹੈਗਾ ਉਹ ਹੈਗਾ ਫੈਡਰਲ ਟੰਚਾ ਜੀ ਕਿ ਸੂਬਿਆਂ ਕੋਲੇ ਵੱਧ ਅਧਿਕਾਰ ਹੋਣੇ ਚਾਹੀਦੇ ਤੀਜਾ ਮਾਮਲਾ ਸਾਰੇ ਦੇਸ਼ ਦਾ ਇਕੱਲਾ ਸਾਡਾ ਨਹੀਂ ਉਹ ਹੈ ਵਾਤਾਵਰਨ ਨੂੰ ਬਚਾਉਣਾ ਜੀ ਪ੍ਰਦੂਸ਼ਣ ਰਹਿਤ ਵਾਤਾਵਰਨ ਜਿਹੜਾ ਉਹ ਲੋਕਾਂ ਨੂੰ ਮਿਲੇ ਤਾਂ ਕਿ ਸਿਹਤ ਸਹੂਲਤਾਂ ਉਹਨਾਂ ਨੂੰ ਤੇ ਨਾ માત્ર ਮਿਲਦੀਆਂ ਜੇ ਚੰਗਾ ਵਾਤਾਵਰਨ ਮਿਲੂਗਾ ਤਾਂ ਉਹ ਠੀਕ ਤਰੀਕੇ ਦੇ ਨਾਲ ਸਾਹ ਲੈ ਸਕਣਗੇ ਤੇ ਬਿਮਾਰੀਆਂ ਵਗੈਰਾ ਤੋਂ ਬਚਣਗੇ ਹੋਰ ਵੀ ਸਾਰੀਆਂ ਗੱਲਾਂ ਹੈ ਜੀ ਇੱਕ ਉਹਨਾਂ ਨੇ ਰੈਗੂਲੇਸ਼ਨ ਪਾਸ ਕੀਤਾ ਉਹ ਰੈਗੂਲੇਸ਼ਨ ਬੜਾ ਮਹੱਤਵਪੂਰਨ ਹੈ ਜੀ ਉਹ ਰੈਗੂਲੇਸ਼ਨ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਹੈ ਜਿਨ੍ਹਾਂ ਦਾ ਨਾਮ ਸੰਦੀਪ ਪਾਠਕ ਜੀ ਉਹ ਨੰਬਰ 2 ਦੇ ਲੀਡਰ ਹੈ ਨੰਬਰ 1 ਦੇ ਤੇ ਕੇਜਰੀਵਾਲ ਸਾਹਿਬ ਕਨਵੀਨਰ ਹੈ ਤੇ ਉਹ ਜਰਨਲ ਸਕੱਤਰ ਹੀ ਹੈ ਜੀ ਔਰ ਉਹ ਜਿਹੜੇ ਹੈਗੇ ਸਟ੍ਰੈਟਜਿਸਟ ਹੈ ਯੁੱਧ ਨੀਤੀ ਸਾਰੀ ਉਹ ਤਿਆਰ ਕਰਦੇ ਜੀ ਜਥੇਬੰਦੀ ਸਾਰੀ ਉਹ ਦੇਖਦੇ ਹੈ ਜਦੋਂ ਕੋਈ ਨਿਯੁਕਤੀਆਂ ਵਗੈਰਾ ਹੁੰਦੀਆਂ ਦਸਕਤ ਪ੍ਰਵਾਨਗੀ ਉਹਨਾਂ ਦੀ ਹੁੰਦੀ ਤੇ ਦਸਕਤ ਭਾਵੇਂ ਭਗਵੰਤ ਮਾਨ ਕਰਦੇ ਤੇ ਭਾਵੇਂ ਕਰ ਦਵੇ ਪ੍ਰੋਫੈਸਰ ਬੁਧਾ ਬੁਧ RAM ਹੁਣੀ ਜੀ ਉਹਨੇ ਹਰਿਆਣੇ ਦੇ ਵਿੱਚ ਇੱਕ ਬਿਆਨ ਦਿੱਤਾ ਉਹ ਸਾਡਾ ਰਾਜ ਸਭਾ ਦਾ ਮੈਂਬਰ ਆ ਪੰਜਾਬ ਚੋਂ ਜੀ ਸੰਦੀਪ ਪਟਕ ਪੰਜਾਬ ਦੇ ਵਿੱਚੋਂ ਸੱਤ ਰਾਜ ਸਭਾ ਦੇ ਮੈਂਬਰ ਆ ਜਿਨ੍ਹਾਂ ਦੇ ਵਿੱਚੋਂ ਇੱਕ ਉਹ ਹੈ ਉਹਨੇ ਇੱਕ ਬਿਆਨ ਦਿੱਤਾ ਹਰਿਆਣੇ ਦੇ ਵਿੱਚ ਚੋਣਾਂ ਆ ਗਈਆਂ ਨੇ ਕਿ ਜੀ ਪੱਤਰਕਾਰਾਂ ਨੇ ਗੱਲਬਾਤ ਕਰਦਿਆਂ ਪੁੱਛਿਆ ਜੀ SBYL ਬਾਰੇ ਕਹਿੰਦਾ ਜੀ ਪਾਣੀ ਤਾਂ ਸਭ ਨੂੰ ਚਾਹੀਦਾ ਹੈ ਪੰਜਾਬ ਨੂੰ ਪੰਜਾਬ ਦਾ ਹਿੱਸਾ ਮਿਲਣਾ ਚਾਹੀਦਾ ਹਰਿਆਣਾ ਨੂੰ ਹਰਿਆਣੇ ਦਾ ਹਿੱਸਾ ਮਿਲਣਾ ਚਾਹੀਦਾ ਜੀ ਔਰ ਜੋ ਅੰਕੜੇ ਬੋਲਦੇ ਐ ਅੱਜ ਜਾਖੜ ਸਾਹਿਬ ਨੇ ਦੱਸਤਾ ਅੱਜ ਸੁਨੀਲ ਜਾਖੜ ਹੋਰਾਂ ਨੇ ਪੰਜਾਬ ਦੀ ਬੀਜੇਪੀ ਨੇ ਵੀ ਮਤਾ ਪਾਸ ਕਰਤਾ ਕਿ ਸਾਡੇ ਕੋਲੇ ਪਾਣੀ ਹੈ ਨੀਗਾ ਜੀ ਅਸੀਂ ਪਾਣੀ ਨਹੀਂ ਦੇ ਸਕਦੇ ਉਹਨਾਂ ਦੀ ਜਿਹੜੀ ਕੋਰਟ ਕਮੇਟੀ ਨੇ ਜੀ ਜਾਖੜ ਹੋਰਾਂ ਨੇ ਉੱਥੇ ਭਗਵੰਤ ਮਾਨ ਨੂੰ ਵੀ ਸਵਾਲ ਕੀਤਾ ਤੇ ਉਹਨਾਂ ਨੇ ਇੱਕ ਗੱਲ ਕਹੀ ਐ ਜੀ ਉਹ ਕਹਿੰਦੇ ਵੀ ਪੰਜਾਬ ਦੇ ਕੋਲੇ ਪਾਣੀ ਘਟਾ ਹੈ ਤੇ ਹਰਿਆਣੇ ਕੋਲੇ ਵਧਾ ਹੈ ਉਹਨਾਂ ਨੇ ਅੰਕੜੇ ਦਿੱਤੇ ਜੀ ਤੇ ਜਿਹੜੇ ਹਰਿਆਣੇ ਕੋਲੇ ਪਹਿਲਾਂ ਵੱਧ ਜਾਂਦੇ ਆ ਤੇ ਇਹਨੂੰ ਜੇ ਪਾਣੀ ਹੋਰ ਚਾਹੀਦਾ ਹੈ ਜੀ ਇਹਦਾ ਮਤਲਬ ਹੈ ਸੰਦੀਪ ਪਾਠਕ ਜਿਹੜੇ ਪੰਜਾਬ ਦੇ ਚੁਣੇ ਹੋਏ ਐਮਐਲਏ ਦੀਆਂ ਵੋਟਾਂ ਦੇ ਨਾਲ ਰਾਜ ਸਭਾ ਦੇ ਮੈਂਬਰ ਬਣੇ ਜੀ ਬਿਲਕੁਲ ਉਹ ਪੰਜਾਬ ਦੇ ਨਾਲ ਜਗਾ ਕਮਾ ਰਹੇ ਹੈ ਬਿਲਕੁਲ ਸੋ ਇਹ ਕਿਸਾਨਾਂ ਨੇ ਪਾਤਾ ਹੁਣ ਰੈਜੂਲੇਸ਼ਨ ਪਾਸ ਕਿ ਭਾਈ ਫਿਰ ਤੁਸੀਂ ਐਂ ਕਰੋ ਅਸਤੀਫਾ ਦੇ ਦਿਓ ਜੀ ਤੇ ਇਹਨੂੰ ਫਿਰ ਪੰਜਾਬ ਦੀ ਨੁਮਾਇੰਦਗੀ ਕਰਨ ਦੀ ਕੋਈ ਮਤਲ ਜਿਹੜੀ ਹੈਗੀ ਹੈ ਲੋੜ ਨਹੀਂ ਉਹ ਪੰਜਾਬ ਦੀ ਨੁਮਾਇੰਦਗੀ ਕਰ ਹੀ ਨਹੀਂ ਸਕਦਾ ਜਦੋਂ ਤੂੰ ਪੰਜਾਬ ਦੇ ਉਲਟ ਜਾਣੇ ਜਾ ਕੇ ਖੜਦਾ ਹੈ ਭਗਵੰਤ ਮਾਨ ਹੁਰੀ ਵੀ ਇਹੀ ਗੱਲ ਕਹਿੰਦੇ ਸੀ ਨਾ ਵੀ ਗਵਰਨਰ ਸਾਹਿਬ ਜੀ ਗਵਰਨਰ ਸਾਹਿਬ ਜਾ ਕੇ ਕਹਿੰਦੇ ਆ ਆਪਣੇ ਕੀ ਨੋਏ ਦੇ ਚ ਯੂਨੀਵਰਸਿਟੀ ਦੇ ਮਾਮਲੇ ਚ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਹਰੇਣੇ ਦਾ ਹਿੱਸਾ ਪਾ ਲੋ ਜੀ ਵੀ ਉਹ ਕਹਿੰਦੇ ਜੀ ਉਹ ਗਵਰਨਰ ਕਹਿੰਦੇ ਪੰਜਾਬ ਦੇ ਤੇ ਗੱਲ ਉਹਨਾਂ ਦੀ ਕਰਦੇ ਜੀ ਉਹੀ ਚੀਜ਼ ਤਾਂ ਕਿ ਰਾਜ ਸਭਾ ਦਾ ਮੈਂਬਰ ਸੰਦੀਪ ਪਾਠਕ ਪੰਜਾਬ ਦਾ ਤੇ ਗੱਲ ਕੀ ਦੀ ਕਰਦਾ ਗੱਲ ਹਰਿਆਣਾ ਦੀ ਕਰਦੇ ਤਾਂ ਫਿਰ ਉਹਨੂੰ ਰਾਜ ਸਭਾ ਤੋਂ ਅਸਤੀਫਾ ਦੇ ਲੈਣਾ ਤੇ ਇਹ ਰੈਗੂਲੇਸ਼ਨ ਉਹਨਾਂ ਨੇ ਪਾਸ ਕੀਤਾ ਹੈ। ਔਰ ਲੱਗਦਾ ਇਹ ਉਹਨਾਂ ਨੇ ਕਿਹਾ ਕਿ ਦਸੰਬਰ ਦੇ ਮਹੀਨੇ ਦੇ ਵਿੱਚ ਅਸੀਂ ਇੱਕ ਨਵਾਂ ਮੋਰਚਾ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾ ਮੋਰਚਾ ਲੱਗਿਆ ਸੀ ਉਵੇਂ ਹੀ। ਸਵਾਲ ਖੜੇ ਹੁੰਦੇ ਆ ਕੁਝ। ਕੀ Rajasthan ਦੇ ਵਿੱਚ ਜਿਹੜਾ ਪੱਥਰ ਨਿਕਲਦਾ ਧਰਤੀ ਚੋਂ ਉਹਦਾ ਇੱਕ ਲੋਕਾਂ ਦੀ ਸਾਂਝੀ ਚੀਜ਼ ਹੈ? ਧਰਤੀ ਦੇ ਹਿੱਸੇ ਤਾਂ ਸਾਂਝੀ ਪ੍ਰਾਪਰਟੀ ਹੈ। ਕੀ ਉਹ ਮੁਫਤ ਦੇ ਦਿੰਦਾ? ਨਾਲ ਅਗਲਾ ਆਉਂਦਾ ਵੀ ਕੋਲਾ ਜਿਹੜਾ ਹੈਗਾ ਸਭ ਤੋਂ ਵੱਧ ਜਿਆਦਾ ਜਿਹੜਾ ਹੈ ਉਹ ਝਾਰਖੰਡ ਚੋਂ ਆਉਂਦਾ ਹੈ। ਜੀ ਆਪਾਂ ਅਜ ਵੀੜੀ ਪਿਛਵਾੜਾ ਹੀ ਵਾਲੀ ਸਾਡੀ ਉੱਥੇ ਹੀ ਹੈ ਨਾ ਖਾਨ ਉੱਥੋਂ ਅਸੀਂ ਜਿਹੜਾ ਮੁਫਤ ਮਿਲਦੇ ਉੱਥੇ ਵੀ ਦੇਣਾ ਪੈਂਦਾ ਤੇ ਮੱਧ ਪ੍ਰਦੇਸ਼ ਜਿਹੜੀ ਹੈ ਲਖਣ ਪੈਦਾ ਕਰਦਾ ਉੱਥੇ ਕਾਫੀ ਲੱਕੜ ਹੈਗੀ ਜੰਗਲਾਤ ਬਹੁਤ ਹੈ ਉੱਥੇ ਉਹ ਵੀ ਨਹੀਂ ਮੁਫਤ ਤਾਂ ਫਿਰ ਪੰਜਾਬ ਜਿਹੜਾ ਹੈਗਾ ਪੰਜਾਬ ਪਾਣੀ ਕਿਸ ਨੂੰ ਮੁਫਤ ਕਿਉਂ ਦੇਵੇ ਜੀ ਜਿਹੜਾ ਰਿਪੇਰੀਅਨ ਲਾ ਨਹੀਂ ਹੈ ਉਹ ਸਿਧਾਂਤ ਹੈ ਜੀ ਰਿਪੇਰੀਅਨ ਸਿਧਾਂਤ ਵੀ ਇਹੀ ਗੱਲ ਕਹਿੰਦਾ ਕਿ ਜਿਸ ਬੰਦੇ ਨੂੰ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਹੈ ਜੀ ਉਹਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਦੋਂ ਪਾਣੀ ਘਟਦੀ ਹੈ ਉਹਦਾ ਰਾਈਟ ਵੀ ਉਸੇ ਦੇ ਹੁੰਦਾ ਬਿਲਕੁਲ ਗਿਲੋ ਸਾਹਿਬ ਇੱਕ ਰਾਜਪਾਲ ਹੋਰਾਂ ਨੇ ਜੀਐਸਟੀ ਸੋਧ ਬਿੱਲਾਂ ਤੇ ਉਂਗਲ ਚੱਕੀ ਹੈ ਜੀ ਇਹ ਜੀਐਸਟੀ ਸੋਧ ਬਿੱਲਾਂ ਤੇ ਉਂਗਲੇ ਇਸ ਕਰਕੇ ਚੱਕੀ ਹੈ ਜੀ ਰਾਜਪਾਲ ਸਾਹਿਬ ਨੇ ਕਿ ਹੁਣ 20 ਕਿ ਤਾਰੀਖ ਨੂੰ ਸਾਡੀ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈ ਜੀ ਉਹ ਸੈਸ਼ਨ ਨੂੰ ਜਿਹੜਾ ਹੈਗਾ ਪ੍ਰਵਾਨਗੀ ਨਹੀਂ ਲਈ ਰਾਜਪਾਲ ਤੋਂ ਜੀ ਪ੍ਰਵਾਨਗੀ ਕਿਉਂ ਨਹੀਂ ਲਈ ਕਿਉਂਕਿ ਸਰਕਾਰ ਦਾ ਤੇ ਵਿਧਾਨ ਸਭਾ ਦੇ ਸੈਕਟਰੀਟੇਟ ਦਾ ਇਹ ਮੰਨਣਾ ਹੈ ਕਿ ਜਿਹੜਾ ਪਹਿਲਾ ਬਜਟ ਸੈਸ਼ਨ ਸੀ ਉਹ ਬਜਟ ਸੈਸ਼ਨ ਮੁਕੰਮਲ ਹੀ ਨਹੀਂ ਹੋਇਆ ਜੀ ਉਹ ਕੰਟੀਨਿਊ ਹੈ ਚੱਲ ਰਿਹਾ ਹੈ ਜੀ ਉਹਨੂੰ ਜਿਹੜਾ ਸੰਤੋਖਣਾ ਹੁੰਦਾ ਆਪਾਂ ਪੰਜਾਬੀ ਚ ਕਹਦੇ ਆਂ ਅੰਗਰੇਜ਼ੀ ਚ ਤਾਂ ਕੁਛ ਹੋਰ ਹੀ ਕਹਿੰਦੇ ਜਿਹੜਾ ਸੰਤੋਖਤਾ ਵੀ ਰਹਿਣ ਦਿਓ ਜੀ ਹੁਣ ਨਹੀਂ ਅਸੀਂ ਮਤਲਬ ਹੈਗਾ ਇਹ ਕੰਮ ਸਾਡਾ ਪੂਰਾ ਹੋ ਗਿਆ ਤੇ ਜਦੋਂ ਦੁਬਾਰਾ ਲੋੜ ਹੋਈ ਜਾਂ ਜਦੋਂ ਸਾਨੂੰ ਮਤਲਬ ਵੀ ਕਾਨੂੰਨੀ ਤੌਰ ਤੇ ਬੁਲਾਉਣਾ ਜ਼ਰੂਰੀ ਹੋਇਆ ਉਦੋਂ ਅਸੀਂ ਦੁਬਾਰਾ ਬੁਲਾ ਲਾਂਗੇ ਤੇ ਉਦੋਂ ਗਵਰਨਰ ਸਾਹਿਬ ਤੋਂ ਪ੍ਰਵਾਨਗੀ ਲੈਣੀ ਪੈਂਦੀ ਆ ਰਾਜਪਾਲ ਸਾਹਿਬ ਤੋਂ ਇਹਨਾਂ ਨੇ ਉਹੀ ਕੰਟੀਨਿਊ ਰੱਖਿਆ ਕਿਉਂਕਿ ਉਹ ਉਹ ਰੈਗੂਲੇਸ਼ਨ ਕਰਾਉਣ ਵਾਸਤੇ ਵੀ ਸੁਪਰੀਮ ਕੋਰਟ ਤੱਕ ਜਾ ਉਹ ਆਪਣਾ ਤੁਹਾਡਾ ਇਹ ਸੈਸ਼ਨ ਕਰਾਉਣ ਵਾਸਤੇ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੀ ਜੀ ਸੁਪਰੀਮ ਕੋਰਟ ਦੇ ਹੁਕਮ ਨਾਲ ਹੋਇਆ ਸੀ ਕਿ ਹਾਂਜੀ ਰਾਜਪਾਲ ਸਾਹਿਬ ਮੰਤਰੀ ਮੰਡਲ ਦੀ ਜਿਹੜੀ ਸਿਫਾਰਿਸ਼ ਮੰਨਣ ਲਈ ਪਾਬੰਦ ਹੈ ਤੇ ਮੁੱਖ ਮੰਤਰੀ ਜਿਹੜੀ ਹੈ ਜਿਹੜੇ ਹੈਗੇ ਉਹ ਪਾਬੰਦ ਹੈ ਰਾਜਪਾਲ ਜੇ ਕੋਈ ਜਾਣਕਾਰੀ ਮੰਗਦਾ ਉਹਨੂੰ ਮੁਹੱਈਆ ਕਰਾਉਣ ਵਾਸਤੇ ਜੀ ਰਾਜਪਾਲ ਨੇ ਸੁਪਰੀਮ ਕੋਰਟ ਦਾ ਹੁਕਮ ਮੰਨ ਲਿਆ ਜੀ ਇਹਨਾਂ ਨੇ ਕੀ ਕੀਤਾ ਵੀ ਨਿਤਿੰਦ ਦਾ ਪੰਗਾ ਹੀ ਮਕਾਓ ਆਪਾਂ ਇਹਨੂੰ ਕੰਟੀਨਿਊ ਹੀ ਰੱਖੋ ਜੀ ਆਈ ਰਾ ਪਿਛੇ ਸੈਸ਼ਨ ਉਹਦੇ ਵਿੱਚ ਕੁਝ ਇਹਨਾਂ ਨੇ ਕਾਨੂੰਨ ਪਾਸ ਕੀਤੇ ਸੀ ਜੀ ਬਿੱਲ ਪਾਸ ਕੀਤੇ ਸੀ ਲੇਕਿਨ ਉਹ ਬਿੱਲ ਕਾਨੂੰਨ ਨਹੀਂ ਬਣੇ ਕਿਉਂਕਿ ਰਾਜਪਾਲ ਨੇ ਪ੍ਰਵਾਨਗੀ ਨਹੀਂ ਦਿੱਤੀ ਉਹਦੇ ਵਿੱਚ ਇੱਕ ਤਾਂ ਇਹਨਾਂ ਨੇ ਪੰਜਾਬ ਦਾ ਡੀਜੀਪੀ ਲਾਉਣਾ ਸੀ ਆਪਦਾ ਕਾਨੂੰਨ ਆ ਬਣਾਉਣੇ ਉਹ ਵੀ ਵਿਚੜਿਆ ਪਏ ਕੁਝ ਹੋਰ ਮਾਮਲੇ ਉਹ ਵੀ ੜੇ ਪਏ ਆ ਹੁਣ ਜਿਹੜਾ ਫਿਰੇ ਆ ਗਿਆ ਕਹਿੰਦੇ ਜੀ ਉਹ ਲਗਾਤਾਰਤਾ ਜਾਰੀ ਹੈ ਚੱਲੀ ਜਾਂਦਾ ਅਜੇ ਸੈਸ਼ਨ ਤੇ ਗਵਰਨਰ ਸਾਹਿਬ ਕਹਿੰਦੇ ਵੀ ਮੈਂ ਪਹਿਲੇ ਸੈਸ਼ਨ ਨੂੰ ਗੈਰਕਾਨੂੰਨੀ ਕਹਿ ਚੁੱਕਿਆ ਉਹਨੂੰ ਹੀ ਮੈਂ ਨਜਾਇਜ਼ ਕਹਿ ਚੁੱਕਿਆ ਵੀ ਉਹ ਜਾਇਜ਼ ਹੈ ਹੀ ਨਹੀਂਗਾ ਤੇ ਫਿਰ ਇਹਨੂੰ ਮੈਂ ਜਾਇਜ਼ ਕਿਵੇਂ ਕਹੂੰਗਾ ਜੀ ਹੁਣ ਇਹਨਾਂ ਨੇ ਇੱਕ ਨਵੀਂ ਗੱਲ ਕੀਤੀ ਉਹ ਇਹ ਹੈ ਕਿ ਜੀਐਸਟੀ ਕੌਂਸਲ ਹੈ ਜਿਹੜੀ ਜੀ ਜੀਐਸਟੀ ਕੌਂਸਲ ਨੇ ਫੈਸਲਾ ਕਰਤਾ ਸੀ ਕਿ ਕੁਝ ਨਵੇਂ ਮਾਮਲੇ ਲੈਦੇ ਜਾਣ ਪਾਪ ਜੀਐਸਟੀ ਨੇ ਕੋਈ ਨਵਾਂ ਟੈਕਸ ਵਗੈਰਾ ਲਾਉਣਾ ਸੀ ਜੀ ਖਾਸ ਕਰਕੇ ਲਾਟਰੀਆਂ ਲੂਟਰੀਆਂ ਵਾਲੇ ਮਾਮਲੇ ਦੇ ਵਿੱਚ ਇਹੋ ਜਿਹਾ ਸੀ ਉਹ ਜੀਐਸਟੀ ਨੇ ਜਿਹੜਾ ਫੈਸਲਾ ਕੀਤਾ ਸੀ ਜਿਹੜੇ ਫੈਸਲੇ ਸੀ ਉਹ ਫੈਸਲਾ ਅਦ ਜੁਲਾਈ ਦੇ ਵਿੱਚ ਉਹਨਾਂ ਨੇ ਕੀਤਾ ਸੀ ਜੀ ਪਾਰਲੀਮੈਂਟਰੀ ਨੂੰ ਪਾਸ ਕਰਤਾ ਪਹਿਲਾਂ ਜੀਐਸਟੀ ਨੇ ਪਾਸ ਕੀਤਾ ਜੁਲਾਈ ਚ ਪਾਰਲੀਮੈਂਟ ਨੇ ਪਾਸ ਕਰਤਾ ਜੀ ਪਾਰਲੀਮੈਂਟ ਨੇ ਜਿਹੜੀ ਚੀਜ਼ ਪਾਸ ਕਰਤੀ ਕਿਉਂਕਿ ਮਾਮਲਾ ਇਹੋ ਜਿਹਾ ਹੈ ਉਹਦੀ ਪ੍ਰਵਾਨਗੀ ਜਿਹੜੀ ਹੈਗੀ ਹੈ ਵਿਧਾਨ ਸਭਾਵਾਂ ਤੋਂ ਵੀ ਲੈਣੀ ਜ਼ਰੂਰੀ ਹੈ ਜੀ ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਲਾਗੂ ਹੋਣਾ ਸੀ ਇਹ ਫੈਸਲਾ ਜੀ ਪਰ ਜੁਲਾਈ ਦਾ ਫੈਸਲਾ ਪੈਂਡਿੰਗ ਹੀ ਪਏ ਆਪਣਾ ਤੁਹਾਡੇ ਕੋਲ ਪ੍ਰੋਪੋਜ਼ਲ ਪੈਂਡਿੰਗ ਪਈ ਹੈ ਇਹਨਾਂ ਨੇ ਅਸੈਂਬਲੀ ਦੇ ਵਿੱਚ ਪੇਸ਼ ਹੀ ਨਹੀਂ ਕੀਤਾ ਹੁਣ ਜਦੋਂ ਇਹਨਾਂ ਨੇ ਕਹਿਤਾ ਜੀ ਅਸੀਂ ਵਕੀਲਾਂ ਨਾਲ ਰਾਇਮਸਲਾ ਕੀਤਾ ਤੇ ਇਹ ਪੈਂਡਿੰਗ ਸ਼ਾਇਦ ਇਹਨਾਂ ਨੇ ਤਾਂ ਰੱਖਿਆ ਹੋਈ ਸਰਕਾਰ ਵਾਲਿਆਂ ਨੇ ਵੀ ਉਹ ਕੇਂਦਰ ਦਾ ਕਾਨੂੰਨ ਹੈ ਜੀ ਤੇ ਕੇਂਦਰ ਦਾ ਕਾਨੂੰਨ ਕੇਂਦਰ ਵੀ ਚਾਹੁੰਦਾ ਵੀ ਪਾਸ ਹੋਵੇ ਫਿਰ ਗਵਰਨਰ ਰੋਕੂ ਕਿਵੇਂ ਜੀ ਵੀ ਆਪੇ ਗਵਰਨਰ ਨੂੰ ਕਰਨਾ ਪਵੇ। ਹੁਣ ਇਹਨਾਂ ਨੇ ਭੇਜਤਾ ਜੀ ਕਿਉਂਕਿ ਮਣੀ ਬਿੱਲ ਹੁੰਦਾ ਇਹੋ। ਜੀ ਇਹਨਾਂ ਨੇ ਗਵਰਨਰ ਕੋਲ ਭੇਜਤਾ ਲੋ ਜੀ ਇਹਨੂੰ ਪ੍ਰਵਾਨਗੀ ਦੇ ਦਿਓ। ਗਵਰਨਰ ਸਾਹਿਬ ਨੇ ਫਿਰ ਸਵਾਲ ਕਰਤਾ ਜੀ ਉਹ ਕਹਿੰਦੇ ਜੁਲਾਈ ਦਾ ਤੁਹਾਡੇ ਕੋਲੇ ਪਿਆ ਐਂ ਦੱਸੋ ਇਹ ਲੇਟ ਕਿਉਂ ਕੀਤੇ? ਇਹਦੇ ਵਿੱਚ ਦੇਰੀ ਕਿਉਂ ਪਾਈ ਵੀ ਹੈ? ਜੀ ਹੁਣ ਸੈ ਆ ਗਿਆ ਕਹਿੰਦੇ ਅੱਜ ਅਫਸਰ ਲੱਗੇ ਪਏ ਆ ਸ਼ਾਇਦ ਗਵਰਨਰ ਸਾਹਿਬ ਨੂੰ ਮਨਾ ਲੈਣ ਕਿ ਇਹ ਆਪਦੀ ਯੋਦ ਦਿੰਦੇ ਹੈ ਜੀ ਸਪਸ਼ਟੀਕਰਨ ਵਗੈਰਾ ਦੇਖਦੇ ਆ ਗਵਰਨਰ ਸਾਹਿਬ ਕੀ ਕਰਦੇ ਕੀ ਰਹਾ ਮਤਲਬ ਜਿਹੜਾ ਹੈਗਾ ਗਵਰਨਰ ਸਾਹਿਬ ਨੇ ਸਰਕਾਰ ਨੂੰ ਚੱਕਰ ਚ ਪਾ ਲਿਆ ਸਰਕਾਰ ਗਵਰਨਰ ਨੂੰ ਚੱਕਰ ਚ ਪਾਉਂਦੀ ਸੀ ਲੇਕਿਨ ਗਵਰਨਰ ਨੇ ਚੱਕਰ ਚ ਪਾ ਲਿਆ ਆਪਾਂ ਜਾਣਦੇ ਆ ਗਵਰਨਰ ਕੱਚੀਆਂ ਗੋਲਗੜੀ ਖੇਡਿਆ ਵਾ ਬਿਲਕੁਲ ਬਹੁਤ ਤੇਜ਼ ਤਰਾਰ ਤੇ ਟਿੱਖਾ ਮਤਲਬ ਸ਼ਖਸ਼ ਜੀ ਤੇ ਉਸਾਬ ਬੈਬਲ ਕਲਾ ਗੋਲੀ ਕਾਂਡ ਦੀ ਗੱਲ ਕਰਦੇ ਆ ਤਾਂ ਕੁੰਵਰ ਵਿਜੇ ਪ੍ਰਤਾਪ ਖਿਲਾਫ ਮਾਨਯੋਗ ਹਾਈ ਕੋਰਟ ਚ ਕਹਿੰਦੇ ਪਟੀਸ਼ਨ ਪੈ ਗਈ ਜੀ ਕੌਣ ਨੇ ਇਹ ਕੀ ਗੱਲ ਬਾਤ ਹੈ ਪਟੀਸ਼ਨ ਨਹੀਂ ਜੀ ਸ਼ਿਕਾਇਤ ਪਾਈ ਹੈ ਸ਼ਿਕਾਇਤ ਸ਼ਿਕਾਇਤ ਪਾਈ ਹੈ ਅਰਜੀ ਲਿਖ ਕੇ ਪੇਟੀ ਜੀ ਅਸਲ ਦੇ ਵਿੱਚ ਇਹ ਹੈ ਕਿ ਜਦੋਂ ਬਾਈਬਲ ਕਲਾ ਗੋਲੀकांड ਹੋਇਆ ਹੈ ਉਦੋਂ ਤੋਂ ਲੈ ਕੇ ਜਾਂ ਆਪਣੇ ਬੇਅਦਬੀ ਦੇ ਘਟਨਾ ਕਰਨ ਤੋਂ ਸਾਰੇ ਤੋਂ ਲੈ ਕੇ ਚਰਚਾ ਦੇ ਵਿੱਚ ਹੈ ਕੁਮਰਬਿਜੇ ਪ੍ਰਤਾਪ ਸਿੰਘ ਜੀ ਕੁਮਰਬਿਜੇ ਪ੍ਰਤਾਪ ਸਿੰਘ ਐਸਆਈਟੀ ਦੇ ਮੈਂਬਰ ਸੀ ਜੀ ਔਰ ਉਸ ਐਸਆਈਟੀ ਨੇ ਜੋ ਕੰਮ ਕੀਤਾ ਬਾਅਦ ਵਿੱਚ ਉਹਨਾਂ ਨੂੰ ਸਹਿਯੋਗ ਨਹੀਂ ਮਿਲਿਆ ਉਹਨਾਂ ਨੇ ਕੱਲੇ ਆਪਣੇ ਪਦਰ ਦੇ ਉੱਤੇ ਆਪਦੀ ਜਿਹੜੀ ਹੈਗੀ ਚਾਰ ਸ਼ੀਟ ਦਰਜ ਕਰਤੀ ਸੀ ਲੇਕਿਨ ਉਹ ਚਾਰ ਸ਼ੀਟ ਜਿਹੜੀ ਹਾਈ ਕੋਰਟ ਚੋਂ ਰੱਦ ਹੋ ਗਈ ਸੀ ਜੀ ਉਹਦੇ ਰੱਦ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜਿਹੜਾ ਉਸ ਵੇਲੇ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਦੇ ਲਾ ਡਿਪਾਰਟਮੈਂਟ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਤੇ ਉਹ ਨਿਰਾਸ਼ ਹੋ ਗਏ ਤੇ ਉਹਨੇ ਕਿਹਾ ਲੋ ਜੀ ਮੈਂ ਤਾਂ ਹੁਣ ਨੌਕਰੀ ਨਹੀਂ ਕਰਦਾ ਤੇ ਮੈਂ ਪ੍ਰੀ ਮੈਚਰ ਰਿਟਾਇਰਮੈਂਟ ਲੈਣਾ ਜੀ ਵੋਲੰਟਰੀ ਰਿਟਾਇਰਮੈਂਟ ਜਿਹਨੂੰ ਕਹਿੰਦੇ ਐ ਤੇ ਮੈਨੂੰ ਬੀਆਰਐਸ ਦੇ ਦਿਓ ਕੈਪਟਨ ਸਾਹਿਬ ਨੇ ਬਰੋਕਨ ਦੀ ਕੋਸ਼ਿਸ਼ ਕੀਤੀ ਨਹੀਂ ਉਹ ਰੋਕੇ ਉਹ ਚਲੇ ਗਏ ਉਸ ਤੋਂ ਬਾਅਦ ਵੀਰ ਨੇ ਨੇ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਜੋਇਨ ਕਰਾ ਲਿਆ ਉਹਨਾਂ ਦੇ ਨਾਲ ਜਿੱਤੇ ਇਲੈਕਸ਼ਨਾਂ ਵੀ ਲੜੀਆਂ ਉਹ ਐਮਐਲਏ ਬਣ ਗਏ ਐਮਐਲਏ ਬਣ ਤੋਂ ਬਾਅਦ ਜਿਹੜੇ ਵਾਅਦੇ ਕੀਤੇ ਸੀ ਜੋ ਗੱਲਾਂ ਬਤਾ ਕੀਤੀਆਂ ਸੀ ਉਹਨਾਂ ਦਾ ਇਲਜ਼ਾਮ ਹੈ ਕਿ ਕੁੰਵਰਬਜੀ ਪ੍ਰਤਾਪ ਸਿੰਘ ਦਾ ਕਿ ਮੇਰੀ ਕੋਈ ਗੱਲਬਾਤ ਸੁਣਦਾਰ ਨਹੀਂ ਜੀ ਸਰਕਾਰ ਨੇ ਇਹ ਗੱਲ ਵੀ ਕੀਤੀ ਸੀ ਕਿ 4 ਕਿ ਮਹੀਨੇ ਦੇ ਵਿੱਚ ਅਸੀਂ ਜਿਹੜੀ ਹੈ ਜਿੱਦ ਦੇ ਸਾਡੀ ਸਰਕਾਰ ਬਣ ਗਈ ਉਹ ਸਰਕਾਰ ਬਣਦੇ 4 ਮਹੀਨੇ ਚ ਅਸੀਂ ਨਸ਼ੇ ਖਤਮ ਕਰਦੇ ਹਾਂ ਕਿ ਨਾਲ ਦੀ ਨਾਲ ਬਾਕੀ ਕੰਮ ਤਾਂ ਇਨਕੁਆਇਰੀ ਤਾਂ ਸਾਰੀ ਹੋਈ ਪਈ ਹੈ ਜੀ ਜਿਨ੍ਹਾਂ ਨੇ ਬੇਅਦਬੀ ਕਰਵਾਈ ਹੈ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ ਹੈ ਸਭ ਨੂੰ ਟੱਗ ਦੇਗੇ ਜੀ ਤੇ ਹੁਣ ਢੂੜ ਸਾਲ ਹੋ ਗਿਆ ਢੂੜ ਸਾਲ ਚ ਕੁਝ ਨਹੀਂ ਹੋਇਆ ਕੁੰਵਰ ਉਦੋਂ ਤੋਂ ਲੈ ਕੇ ਜਿਹੜੀ ਹੈਗੀ ਬੈਬਲ ਕਲਾ ਉਹ ਧਰਨਾ ਲੱਗਿਆ ਹੋਇਆ ਹੈ ਜੀ ਉਸ ਧਰਨੇ ਦੇ ਵਿੱਚ ਕੁੰਮਰਬਿਜੇ ਪ੍ਰਤਾਪ ਸਿੰਘ ਆਉਂਦੇ ਆ ਔਰ ਸੁਖਰਾ ਸਿੰਘ ਨਹੀਂ ਮਿਲਿਆ ਉਹ ਨਾਲ ਸਹਿਮਤ ਸੀ ਕਿ ਕੋਣ ਦੇ ਪਿਤਾ ਜੀ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋਈ ਸੀ ਤੇ ਗੁਰਜੀਤ ਸਿੰਘ ਸ੍ਰਾਮਾ ਦੀ ਮੌਤ ਹੋਈ ਸੀ ਜੀ ਉਹ ਸਹਿਮਤ ਸੀ ਉਹਦੇ ਨਾਲ ਵੀ ਹਾਂ ਸਾਰੀ ਗੱਲਬਾਤ ਠੀਕ ਹੈ ਪਰ ਅਚਨ ਜੇਦਾ ਕਿ ਉਹਨਾਂ ਨੇ ਇੱਕ ਅਰਜੀ ਦਿੱਤੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਜੀ ਕਿ ਜੀ ਗੱਲ ਬੜੀ ਗੜਬੜ ਹੋ ਗਈ ਕੁੰਮਰਬਿਜੇ ਪ੍ਰਤਾਪ ਸਿੰਘ ਨੇ ਤਾਂ ਜਿਹੜੀ ਹੈਗੀ ਜਾਂਚ ਹੈ ਜਿਹੜੀ ਉਹ ਨੂੰ ਪੁੱਠਾ ਪਾਸਾ ਦਿੱਤਾ ਜੀ ਜਿਹੜੇ ਮੁਲਜ਼ਮ ਹੋਣੇ ਚਾਹੀਦੇ ਸੀ ਕਹਿੰਦੇ ਜੀ ਉਹ ਤਾਂ ਬੜਾ ਲਿਖਵਾ ਤੇ ਜਿਹੜੇ ਬੇਗੁਨਾਹੀ ਉਹਨਾਂ ਨੂੰ ਮਲਜ਼ਮ ਬਣਾ ਕੇ ਜੇਲ੍ਹ ਚ ਤੱਕਤਾ ਜੀ ਤੇ ਗਲਤ ਹੋ ਗਈ ਸਾਡੇ ਕਹਿੰਦੇ ਬਿਆਨ ਲਿਖੋ ਜੀ ਇਹ ਐਪਲੀਕੇਸ਼ਨ ਦਿੱਤੀ ਕੁਮਰਬਿਜੇ ਪ੍ਰਤਾਪ ਸਿੰਘ ਨੇ ਕਹਿੰਦਾ ਜੀ ਮੈਂ ਆਪਦੀ ਗੱਲ ਤੇ ਖੜਾ ਹਾਂ ਅਦਾਲਤ ਨੇ ਹੁਕਮੇ ਜਾਰੀ ਕਰਤਾ ਐਸ ਕੇਐਸ ਆਈਟੀ ਕੋਲ ਬਿਆਨ ਦਰਜ ਕਰਾਓ ਐਸ ਆਈਟੀ ਨੂੰ ਕਿਹਾ ਤੁਸੀਂ ਇਹਨਾਂ ਦੇ ਬਿਆਨ ਦਰਜ ਕਰ ਲਓ ਜੀ ਕੱਲ 6-7 ਬੰਦੇ ਨੇ ਆਪਣੇ ਬਿਆਨ ਦਰਜ ਕਰਵਾਏ ਜੀ ਜਿਹਦੇ ਵਿੱਚ ਇਹ ਵੀ ਹੈਗੇ ਆਪਣੇ ਸੁਖਰਾਜ ਸਿੰਘ ਵੀ ਹੈਗੇ ਜੀ ਉਹਨਾਂ ਨੇ ਵੀ ਕਰਵਾਏ ਉਹਨਾਂ ਦੇ ਫਾਦਰ ਨੇ ਵੀ ਕਰਾਏ ਉਹਨਾਂ ਦਾ ਭਰਾ ਪ੍ਰਭਦੀਪ ਉਹਨੇ ਵੀ ਕਰਵਾਤੇ ਜੀ ਤਿੰਨ ਚਾਰਕ ਬੰਦੇ ਕੋਈ ਹੋਰ ਇਲਿਆਮ ਉਹਦਾ ਇਹ ਕਿ ਜਿਹੜਾ ਹੈਗਾ ਇਨਸਪੈਕਟਰ ਪ੍ਰਦੀਪ ਸਿੰਘ ਉਹ ਚਰਨਜੀਤ ਸਿੰਘ ਸ਼ਰਮਾ ਦਾ ਰੀਡਰ ਸੀ ਜੀ ਕਹਿੰਦੇ ਵੀ ਉਹ ਬੰਦਾ ਜਿਹੜਾ ਹੈਗਾ ਉਹ ਵਿੱਚ ਸੀ ਉਹਨੂੰ ਪਹਿਲਾਂ ਇਨਵੋਲਵ ਕਰ ਲਿਆ ਬਾਅਦ ਦੇ ਵਿੱਚ ਜਿਹੜੀ ਹੈਗੀ ਉਹਨੂੰ ਮਾਫੀ ਦੇਤੀ ਜੀ ਮਾਫੀ ਕਿਉਂ ਦੇਤੀ ਕਿਉਂਕਿ ਬਾਦਾ ਮਾਫ ਗਵਾ ਬਣ ਗਿਆ ਜੀ ਇਹ ਕਹਿੰਦੇ ਜੀ ਇਹਨੇ ਬਹੁਤ ਗਲਤ ਕੀਤੀ ਜਿੰਨੀ ਕਿ ਮੇਰੀ ਸਮਝ ਹੈ ਮੇਰੀ ਸਮਝ ਮੁਤਾਬਕ ਹੈ ਕਿ ਜਿਹੜੇ ਕੇਸ ਲੰਬੇ ਹੋ ਜਾਣ ਜੀ ਜਿੱਥੇ ਐਵੀਡੈਂਸ ਥੋੜੀ ਜੀ ਇਹ ਲੱਗਦੀ ਹੋਵੇ ਕਿ ਪੁਖਤਾ ਨਹੀਂ ਹੈ ਉਹਨੂੰ ਜੀ ਚਸ਼ਮਦੀਦ ਨਹੀਂ ਹੈਗੇ ਕੋਲੇ ਉੱਥੇ ਵੀ ਇਸ ਤਰ੍ਹਾਂ ਬਣਾ ਦਿੰਦੇ ਆ ਵੀ ਇੱਕ ਬੰਦਾ ਵਿੱਚੋਂ ਪੱਟ ਲੋ ਉਹ ਤੋਂ ਇਕਵਾਲ ਕਰਵਾਓ ਉਹ ਕਹੇ ਜੀ ਹਾਂ ਅਸੀਂ ਸਾਰਿਆਂ ਨੇ ਲੜ ਕੇ ਇਹ ਕੰਮ ਕੀਤਾ ਸੀ ਤੇ ਮੈਂ ਕਾਨੂੰਨ ਦੇ ਹਿੱਤ ਵਿੱਚ ਆਪਣੀ ਜਿਹੜੀ ਹੈਗੀ ਹੈ ਜ਼ਮੀਰ ਦੇ ਮੁਤਾਬਕ ਮੈਂ ਸੱਚੀ ਗੱਲ ਦੱਸਣ ਨੂੰ ਤਿਆਰ ਆ ਮੈਨੂੰ ਮaaf ਕਰ ਦੇ ਜੀ ਉਹ ਪੁਲਿਸ ਨੇ ਮaaf ਕਰਵਾ ਲਿਆ ਜੀ ਮaaf ਕਰਵਾ ਲਿਆ ਹੁਣ ਉਹਨਾਂ ਨੇ ਬਲੀ ਇਹ ਲਈਏ ਇੱਕ ਪਾਸੇ ਦਾ ਕੱਲ ਉਹਨਾਂ ਦੇ ਬਿਆਨ ਉਹਦੇ ਦੂਜੇ ਪਾਸੇ ਉਹਨਾਂ ਨੇ ਇੱਕ ਚਿੱਠੀ ਲਿਖਤੀ ਐ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਜੀ ਇਹ ਜੀ ਕੁਮਰਬੀਜੇ ਪ੍ਰਤਾਪ ਸਿੰਘ ਨੇ ਬਹੁਤ ਕੀ ਗਲਤ ਕੀਤਾ ਹੈ ਜੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਤੁਸੀਂ ਇਹਨੂੰ ਸਜ਼ਾ ਦਿਓ ਹੁਣੋ ਮਾਮਲਾ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੋਲੇ ਜਾਂ ਜੱਜ ਸਾਹਿਬ ਕੀ ਫੈਸਲਾ ਲੈਂਦੇ ਇਹ ਦੇਖਾਂਗੇ ਆਪਾਂ ਜੀ ਢਿੱਲੋ ਸਾਹਿਬ ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿਕਟ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਮਿਹਰਬਾਨੀ ਇਹ ਸਨ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋ ਤੇ ਇਸ ਦੇ ਨਾਲ ਹੀ ਦਲਬੀਰ ਬਰਾੜ ਚਾਹੁੰਦਾ ਅੱਜ ਦਾ ਇਹ ਸ਼ਾਮਾਦਾਨ ਇੱਥੇ ਹੀ ਖਤਮ ਕਰਨ ਦੀ ਆ ਗਿਆ ਜੁੜੇ ਰਹੋ ਰੇਡੀਓ ਪੰਜਾਬ टुडे ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਨਾਲ ਰੱਬ ਰੱਖਾ